ਸਦੀਆਂ ਦੀ ਕਮਾਈ ਜਿਹੜੀ ਸਾਡੇ ਵੱਡਿਆਂ ਦੀ ਸਾਡੇ ਬਜ਼ੁਰਗਾਂ ਦੀ ਉਹਦਾ ਅੱਜ ਬੇੜਾ ਗਰਕ ਆਪਣੇ ਹੱਥੀਂ ਕਰ ਰਿਹਾ। ਪੰਜਾਬ ਦੇ ਵਿੱਚ ਤੁਸੀਂ ਦੇਖਿਆ 3 ਕੁ ਸਾਲ ਪਹਿਲਾਂ ਜਦੋਂ ਬਾਦਲ ਦੀ ਸਰਕਾਰ ਗਈ, ਬਾਦਲ ਦੀ ਸਰਕਾਰ ਜਾਣ ਤੋਂ 3 ਸਾਲ ਪਹਿਲਾਂ ਬੁਰਜ ਸਿੰਘ ਵਾਲਾ ਦੇ ਵਿੱਚ ਬੀੜ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ। ਜਿਹੜੀ ਬੀੜ ਚੋਰੀ ਹੋਈ ਉਹਦਾ ਇਸ਼ਾਰਾ ਸਾਰੇ ਪਿੰਡ ਦਾ ਇੱਕ ਆਦਮੀ ਵੱਲ ਸੀ, ਪਰ ਸਰਕਾਰ ਨੇ ਉਹਦੇ ਖਿਲਾਫ ਕੋਈ FIR ਨਹੀਂ ਦਰਜ ਕੀਤੀ, ਬਲਕਿ ਉਹਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ। ਅਸੀਂ ਸਵਾਲ ਕਰਦੇ ਆ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਤੂੰ ਭੋਲਾ ਹੈ, ਤੂੰ ਬਹੁਤ ਚੰਗਾ, ਤਾਂ ਸਾਨੂੰ ਇੱਕ ਗੱਲ ਦਾ ਜਵਾਬ ਦੇ ਕਿ ਇੱਕ ਬੁਰਜ ਸਿੰਘ ਵਾਲਾ ਜਵਾਹਰ ਸਿੰਘ ਵਾਲਾ ਦਾ ਇੱਕ ਵਿਅਕਤੀ ਆ ਜਿਹੜਾ ਰਾਮ ਰਹੀਮ ਦਾ ਚੇਲਾ, ਉਹਦੇ ਬਾਰੇ ਤੈਨੂੰ ਕਿਵੇਂ ਪਤਾ ਕਿ ਇਹਨੂੰ ਸਿੱਖ ਮਾਰ ਸਕਦੇ ਆ? ਇਹਨੂੰ ਪੁਲਿਸ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ। ਇੱਕ ਪਿੰਡ ਦੇ ਵਿੱਚ ਦਾਲ ਇੱਕ ਕੋੜ ਕੋਈ ਬੜਾ ਹੁੰਦਾ ਦਿਸ ਪੈਂਦਾ, ਤੋ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਿਹਨੇ ਗੁਰੂ ਸਾਹਿਬ ਜੀ ਦੀ ਬੀੜ ਚੋਰੀ ਕੀਤੀ, ਅਤੇ ਫਿਰ ਚੋਰੀ ਕਰਨ ਤੋਂ ਬਾਅਦ ਚੈਲੰਜ ਕੀਤਾ ਕਿ ਤੁਹਾਡਾ ਗੁਰੂ ਚੋਰੀ ਹੋ ਗਿਆ, ਜੇ ਲੱਭਣ ਵਾਲੇ ਨੂੰ 10 ਲੱਖ ਦਊਂਗਾ। ਉਸ ਬੰਦੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜਿਪਸੀਆਂ ਨਾਲ ਦੇ ਕੇ ਅਤੇ ਪੁਲਿਸ ਦੀ ਸਹਾਇਤਾ ਦਿੱਤੀ। ਤੋ ਸਾਡਾ ਲੀਡਰ ਜਿਹੜਾ 50 ਸਾਲ ਤੋਂ ਸਾਡੇ ਸਿਰ 'ਤੇ ਪਿਆ ਹੋਇਆ, ਜਿਹਨੂੰ ਤੁਸੀਂ ਅੱਖਾਂ ਮੀਟ ਕੇ ਆਪਣਾ ਮਸੀਹਾ ਮੰਨੀ ਜਾ ਰਹੇ ਹੋ, ਤੋ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਿਹਾ, ਉਹਦੇ ਖਿਲਾਫ FIR ਨਹੀਂ ਦਰਜ ਕਰ ਰਿਹਾ ਸਰਕਾਰ ਉਹਦੀ ਆਪਣੀ। ਉਹੀ ਬੰਦਾ ਅੱਜ ਫੜਿਆ ਹਿਮਾਚਲ 'ਚੋਂ ਵਿਦ ਪੁਲਿਸ, ਅੰਦਰ ਆ ਅੱਜ ਜੇਲ੍ਹ 'ਚ। ਤੋ ਇਹ ਪ੍ਰਕਾਸ਼ ਸਿੰਘ ਬਾਦਲ ਸਾਨੂੰ ਜਵਾਬ ਦੇਵੇ ਵੀ ਇਹਨੂੰ ਕਿਵੇਂ ਪਤਾ ਕਿ ਪੁਲਿਸ ਦੇ ਨਾਂ ਦਿੱਤੀ ਅਤੇ ਇਸ ਬੰਦੇ ਦਾ ਕਤਲ ਹੋ ਸਕਦਾ, ਇਹਨੂੰ ਸਿੱਖ ਮਾਰ ਸਕਦੇ। ਪਰ ਮੈਂ ਹੈਰਾਨ ਹਾਂ ਆਪਣੇ ਸਿੱਖਾਂ 'ਤੇ ਕਿ ਜੇ ਤੁਹਾਨੂੰ ਪਤਾ ਹੈ ਕਿ ਇਸ ਪਿੰਡ ਦੇ ਵਿੱਚ ਇਹੀ ਕਰਤੂਤ ਕਰਨ ਵਾਲਾ ਇਹ ਬੰਦਾ ਜਿਉਂਦਾ ਤੁਰਿਆ ਫਿਰਦਾ ਹੈ, ਤਾਂ ਤੁਸੀਂ ਕੀ ਕਰ ਰਹੇ ਹੋ? ਨਾਰੇ ਮਾਰਿਆ ਸਾਡੀ ਗੱਲ ਬਣੂਗੀ? ਕਦੀ ਜਸਟਿਸ ਮਿਲਿਆ ਸਾਨੂੰ? ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿਧਾਂਤ ਦਿੱਤਾ, ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸ਼ ਹਲਾਲਸ਼ ਬੁਰਦਮ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਮੁੱਕ ਜਾਣ, ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ, ਅਤੇ ਇਸ ਨਾਰੇ 'ਤੇ ਅਮਲ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ, ਅਤੇ ਉਹਨੇ ਅੰਤਾਂ ਦੀਆਂ ਜਿੱਤਾਂ ਪ੍ਰਾਪਤ ਕਰਕੇ ਸਾਨੂੰ ਬਚੂੰਗੜੀ ਜੀ ਕੌਮ ਤੋਂ ਉੱਚਾ ਰੁਤਬਾ ਦਵਾਇਆ ਕੌਮ ਦਾ। ਇੱਕ ਰਾਜ ਭਾਗ ਲੈ ਕੇ ਦਿੱਤਾ, ਇੱਕ ਬਦਲਾ ਲਿਆ ਸਾਹਿਬਜ਼ਾਦਿਆਂ ਦਾ ਵਜ਼ੀਰ ਖਾਂ ਨੂੰ ਮਾਰ ਕੇ, ਅਤੇ ਜਿਹੜੇ ਉਸ ਸਮੇਂ ਤਮਾਸ਼ਬੀਨ ਬਣੇ ਹੋਏ ਸਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ, ਉਹਨਾਂ ਨੂੰ ਉਲਟੇ ਕਰ ਬਿਰਖਣ ਕੇ ਸੰਗੇ ਬਾਂਧ ਬਾਂਧ ਮਾਰੇ ਦੁਰ ਟੰਗੇ। ਇੱਕ ਰਹਿ ਗਿਆ ਸੁੱਚਾ ਨੰਦ, ਤਾਂ ਕੋ ਪਕੜਿਓ ਘਰ 'ਤੇ ਜਾਏ, ਦੇ ਮੁਸ਼ਕਾ ਬੰਦੇ ਡਿੱਗ ਲਿਆਏ, ਬੰਦੇ ਤਬ ਨੰਦ ਕੋ ਕਰਵਾਈ ਬਹੁ ਮਾਰ, ਨਾਕ ਨਕੇਲ ਪਵਾਏ ਕੇ ਮੰਗਵਾਇਓ ਦਰਦੁਆਰ। ਤੋ ਬੰਦਾ ਸਿੰਘ ਬਹਾਦਰ ਨੇ
ਉਹ ਕਾਰਨਾਮੇ ਕੀਤੇ ਜਿਹੜੇ ਦਸਮ ਪਾਤਸ਼ਾਹ ਦੇ ਮਨ ਨੂੰ ਪਾਉਂਦੇ ਸਨ। ਤੋ ਦਸਮ ਪਾਤਸ਼ਾਹ ਦੀ ਸਿਲੈਕਸ਼ਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਅਸੀਂ ਰੋਲ ਦਿੱਤਾ, ਇਲਜ਼ਾਮ ਲਗਾ ਕੇ, ਪਤਾ ਨਹੀਂ ਕਿੰਨੇ ਇਲਜ਼ਾਮ ਲਗਾਏ। ਉਹ 'ਤੇ ਇਲਜ਼ਾਮ ਅਸੀਂ ਲਗਾ ਸਕਦੇ ਹਾਂ ਆਪਣੇ ਸਵਾਰਥ ਲਈ, ਉਹਦੀ ਥਾਂ ਮੱਲਣ ਲਈ, ਪਰ ਉਹ ਸੂਰਮਿਆਂ ਦੀ ਥਾਂ ਕਿੱਥੋਂ ਕੋ ਮੱਲ ਸਕਦਾ। ਉਹਦੀ ਥਾਂ ਦਸਮ ਪਾਤਸ਼ਾਹ ਦੇ ਚਰਨਾਂ 'ਚ ਅੱਜ ਵੀ ਬਣੀ ਹੋਈ। ਤੋ ਇਹ ਸਾਡੇ ਨਾਲ ਜਿਹੜੀਆਂ ਗਦਾਰੀਆਂ ਹੋ ਰਹੀਆਂ ਸ਼ੁਰੂ ਤੋਂ ਹੀ, ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋਈ ਹੈ ਗਦਾਰੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਾਲ ਤਖ਼ਤ 'ਤੇ ਕਾਬਜ਼ ਲੋਕਾਂ ਨੇ ਮਰਵਾਇਆ, ਰੁਜ਼ੀਨੇ ਲੈ ਕੇ, ਨਜ਼ਰਾਨੇ ਲੈ ਕੇ, ਤਨਖਾਹਾਂ ਲੈ ਕੇ। ਤੋ ਜਦੋਂ ਜਿਨ੍ਹਾਂ ਨੇ ਮਰਵਾਇਆ ਉਹਨਾਂ ਦਾ ਝੰਡਾ ਚੁੱਕ ਕੇ ਅਸੀਂ ਅੱਜ ਤੱਕ ਤੁਰੇ ਜਾ ਰਹੇ, ਅੱਜ ਤੱਕ ਤੁਰੇ ਜਾ ਰਹੇ। ਅਸੀਂ 3 ਸਦੀਆਂ ਦੀ ਕਮਾਈ ਸਿੱਖਾਂ ਦੀ ਸੰਭਾਲੀ ਨੇ, ਗੁਰੂ ਸਾਹਿਬ ਜੀ ਦੇ 250 ਸਾਲ ਦੇ ਬੇਕਦਰੀ ਕਰਕੇ ਰੱਖ ਦਿੱਤੀ। ਇੱਕ ਸਿਧਾਂਤ ਦਸਮ ਪਾਤਸ਼ਾਹ ਦਾ ਪੰਥ ਤੇ ਗ੍ਰੰਥ, ਆਖਰੀ ਸਮਾਂ ਆਇਆ ਨੰਦੇੜ ਦੇ ਵਿੱਚ, ਤੋ ਗੁਰੂ ਸਾਹਿਬ ਜੀ ਦੇ ਕੋਈ ਲੱਛਣ ਦਿਸੇ ਸਿੱਖ ਸੰਗਤਾਂ ਨੂੰ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, 2 ਪਹਿਰ ਰਾਤ ਗਏ ਅਸਵਾਰੇ ਕਾ ਰੂਪ ਨਜ਼ਰੀ ਆਇਆ। ਤੋ ਸਿੱਖਾਂ ਨੇ ਉੱਠ ਕੇ ਕਿਹਾ, ਜੀ ਸੱਚੇ ਪਾਤਸ਼ਾਹ ਪਾਕੀ ਨਹੀਂ ਪਾਕ, ਹੁਕਮ ਹੋਏ ਜੋ ਖਾਲਸਾ ਮੱਥਾ ਕਹਾਂ ਟੇਕੇ। ਤੋ ਦਸਮ ਪਾਤਸ਼ਾਹ ਨੇ ਕਿਹਾ, ਮੈਂ ਖਾਲਸਾ ਅਕਾਲ ਕੋ ਸੌਂਪਾ, ਜੋ ਖਾਲਸੇ ਕੀ ਰਹਿਤ ਪਚਾਰੇਗਾ ਤਿਸਕਾ ਬੇਲੀ ਹਾਂ, ਜਬ ਇਹ ਕਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੁਸੀਂ ਦਸਾਂ ਪਾਤਸ਼ਾਹੀਆਂ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ, ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਆਤਮਾ ਦਸਮ ਪਾਤਸ਼ਾਹ ਨੇ ਆਪਣੀ ਗ੍ਰੰਥ ਵਿੱਚ ਦੱਸੀ ਕਿ ਜਿਸੇ ਕਿਸੇ ਨੇ ਮੇਰੀ ਆਤਮਾ ਦਾ ਦੀਦਾਰ ਕਰਨਾ ਹੋਵੇ ਤਾਂ ਬਾਣੀ ਨੂੰ ਪੜ੍ਹੇ, ਵਿਚਾਰੇ ਅਤੇ ਹਿਰਦੇ 'ਚ ਵਸਾਵੇ, ਅਤੇ ਜੇ ਕਿਸੇ ਨੇ ਮੇਰੇ ਸਰੀਰ ਦਾ ਦਰਸ਼ਨ ਕਰਨਾ ਹੋਵੇ ਤਾਂ 5 ਸਿੱਖਾਂ 'ਚੋਂ ਕਰੇ। ਇਹ ਨਹੀਂ ਕਿਹਾ ਕਿ ਹਜ਼ੂਮ ਲੱਭੇ ਬਹੁਤ ਵੱਡਾ, ਇਹ ਨਹੀਂ ਕਿਹਾ ਕੋਈ ਅਕਾਲੀ ਦਲ ਲੱਭੇ ਉਹ 'ਚੋਂ ਦਰਸ਼ਨ ਕਰੇ, ਇਹ ਨਹੀਂ ਕਿਹਾ ਕੋਈ ਪ੍ਰਬੰਧਕ ਕਮੇਟੀ ਲੱਭੇ ਉਹ 'ਚੋਂ ਦਰਸ਼ਨ ਕਰੇ, ਕਿਹਾ ਕਿ 5 'ਚੋਂ ਮੇਰਾ ਦਰਸ਼ਨ ਕਰੇ। ਤੋ 5 ਸਿੱਖ ਕਿਹੜੇ ਸੀ? ਜਿਹੜੀ ਸਿਲੈਕਸ਼ਨ ਸੀ ਗੁਰੂ ਸਾਹਿਬ ਦੀ, ਅੱਜ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਨਾ ਕਿ 5 ਪਿਆਰੇ ਨਹੀਂ ਸਾਜੇ, ਅੰਮ੍ਰਿਤਪਾਨ ਨਹੀਂ ਹੋਇਆ, ਬਾਣੀਆਂ ਨਹੀਂ 5, ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੰਦ ਸੇਵਕ, ਉਹਨਾਂ ਨੇ ਆਪਣੀ ਕਲਮ ਦੇ ਨਾਲ ਸਵਈਏ ਲਿਖੇ ਨੇ, ਆਪਣੀ ਕਲਮ ਨਾਲ ਕਵੀ ਸਨ ਬਹੁਤ ਉੱਚੇ, ਉਹਨਾਂ ਦਾ ਰਹਿਤਨਾਮਾ ਮਿਲਦਾ, ਉਹਨਾਂ ਦੀ ਕਵਿਤਾ ਬੜੀ ਸ਼ਾਨਦਾਰ ਮਿਲਦੀ ਹੈ ਅਤੇ ਕਈ ਕਵਿਤਾ ਮਿਲਦੀਆਂ ਨੇ। ਉਹਨਾਂ ਨੇ ਗੁਰੂ ਦਸਮ ਪਾਤਸ਼ਾਹ ਦੀ ਸਾਨੂੰ ਝਲਕ ਦਿਖਾਈ ਆਪਣੀ ਕਵਿਤਾ 'ਚ ਕਿ ਗੁਰੂ ਸਾਹਿਬ ਇਹੋ ਜਿਹੇ ਹੁੰਦੇ ਸਨ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸਹਿਜ ਦੀ ਸਾਨੂੰ ਗੱਲ ਦਿਖਾਈ ਆਪਣੀ ਕਵਿਤਾ 'ਚ ਕਿ ਗੁਰੂ ਸਾਹਿਬ ਜੀ ਦਾ ਸੁਭਾਅ ਇਹੋ ਜਿਹਾ ਸੀ। ਤੋ ਭਾਈ ਜੈਤਾ ਜੀ ਲਿਖਦੇ ਨੇ ਕਿ ਵਿਸਾਖੀ ਵਾਲਾ ਦਿਨ, ਤੋ ਸਤਿਗੁਰੂ ਨੇ ਜਰੀ ਦਾ ਸੂਟ ਪਾਇਆ ਹੋਇਆ ਸੀ, ਬੜੇ ਫੱਬ ਰਹੇ ਸੀ, ਤੋ ਆ ਕੇ ਦੀਵਾਨ ਦੇ ਵਿੱਚ ਸਟੇਜ 'ਤੇ ਖੜ੍ਹੇ ਹੋਏ, ਤੋ ਦੀਵਾਨ ਦੇ ਵਿੱਚ ਲਲਕਾਰ ਕੇ ਕਿਹਾ ਕਿ ਮੈਨੂੰ ਇੱਕ ਸੀਸ ਚਾਹੀਦਾ, ਤੂੰ ਕਿਰਪਾਨ ਖੋੜ 'ਤੇ ਬਾਹਰ, ਸਤਿਗੁਰ ਮੁਖ 'ਤੇ ਐਸ ਅਲਾਇਓ,
ਕੋ ਸਿੱਖ ਹੋਏ ਤੋ ਦੀਜੇ ਸੀਸ ਮੋਏ, ਆਪ ਹੀ ਫਰਮਾਇਓ। ਭਾਈ ਜੈਤਾ ਜੀ ਨੇ ਅੱਖੀਂ ਦੇਖਿਆ ਹਾਲ ਜਿਹੜਾ ਸਵਈਏ 'ਚ ਲਿਖਿਆ, ਜੋ ਕੁਛ ਉਹਨਾਂ ਨੇ ਲਿਖਿਆ ਮੈਂ ਤੁਹਾਨੂੰ ਸੁਣਾ ਰਿਹਾ। ਭਾਈ ਜੈਤਾ ਜੀ ਲਿਖਦੇ ਆ ਕਿ ਜਦੋਂ ਇੱਕ ਸੀਸ ਮੰਗਿਆ ਤੇ ਇਕੱਠ ਬਹੁਤ ਵੱਡਾ ਸਿੱਖਾਂ ਦਾ, ਇੱਕ ਸਿੱਖ ਉੱਠਿਆ, ਦੋਏ ਕਰ ਜ਼ੋਰ ਉੱਠੇ, ਕੁਸੇ ਕੁਝ ਬੇਨਤੀ ਕਰਿਓ ਹਰਖਮ ਲਾਇਓ, ਦੀਨ ਦਿਆਲ ਕਿਰਪਾ ਕੇ ਸਾਗਰ, ਮਮ ਸਿਰ ਕੋ ਨਿਜ ਲੇਖੇ ਪਾਇਓ। ਕਿਰਪਾ ਦੇ ਸਮੁੰਦਰ ਸਤਿਗੁਰੂ, ਮੇਰਾ ਸੀਸ ਹਾਜ਼ਰ ਹੈ, ਇਹਨੂੰ ਲੇਖੇ 'ਚ ਪਾਓ। ਉਹਨੂੰ ਗੁਰੂ ਸਾਹਿਬ ਲੈ ਗਏ ਦੀਵਾਨ 'ਚ, ਬਾਂਹ ਫੜ ਕੇ ਤੰਬੂ ਦੇ ਵਿੱਚ ਲੈ ਗਏ। ਕੁਛ ਦੇਰ ਬਾਅਦ ਨਿਕਲੇ ਅਤੇ ਜਿਹੜੀ ਸ੍ਰੀ ਸਾਹਿਬ ਸੀ ਉਹ ਖੂਨ ਨਾਲ ਲਿਬੜੀ ਹੋਈ ਸੀ ਅਤੇ ਖੂਨ ਨੁੱਚੜਦਾ ਪਿਆ ਸੀ। ਤਾਂ ਗੁਰੂ ਸਾਹਿਬ ਨੇ ਫਿਰ ਆ ਕੇ ਪੁੰਨ ਦੀਵਾਨ ਮੈਂ ਐਸ ਉਚਾਰਾ ਅਵਰੇ ਕੋਈ ਸੀਸ ਲਗਾਇਓ। ਇੱਕ ਹੋਰ ਸਿੱਖ ਨੇ ਕਹੀ, ਉਹਨੇ ਇੱਕ ਸਿੱਖ ਕਹੀ ਕਰ ਜੋਰੇ, ਸਤਿਗੁਰ ਸੇਵ ਮੋਹੇ ਇਹ ਪਾਇਓ, ਇਹ ਸੇਵਾ ਮੈਨੂੰ ਚੰਗੀ ਲੱਗਦੀ, ਮੈਂ ਹਾਜ਼ਰ ਹਾਂ। ਉਹਨੂੰ ਵੀ ਲੈ ਗਏ। ਜਦੋਂ ਪੰਜ ਸਿੱਖ ਇੱਕ ਕਰਕੇ ਲੈ ਗਏ ਤਾਂ ਭਾਈ ਜੇਤਾ ਜੀ ਨੇ ਸਾਰੇ ਸਿੱਖਾਂ ਵੱਲ ਨਜ਼ਰ ਮਾਰੀ, ਸਿੱਖ ਤਾਂ ਸਾਰੇ ਹੀ ਸੀਗੇ, ਪਰ ਗੁਰੂ ਸਾਹਿਬ ਨੇ ਕਿਹਾ ਤੁਹਾਡੇ 'ਚੋਂ ਕੋਈ ਇੱਕ ਸਿੱਖ ਹੋਵੇ ਤਾਂ ਮੈਨੂੰ ਸੀਸ ਚਾਹੀਦਾ। ਇਹ ਸੀ ਸਿਲੈਕਸ਼ਨ, ਇਹ ਸੀ ਚੋਣ, ਕਿਹੋ ਜਿਹਾ ਸਿੱਖ ਹੋਣਾ ਚਾਹੀਦਾ। ਤਾਂ ਜਦੋਂ ਪੰਜ ਸਿੱਖ ਲੈ ਲਏ ਤਾਂ ਭਾਈ ਜੈਤਾ ਜੀ ਲਿਖਦੇ ਨੇ ਕਿ ਜਿਹੜੇ ਸਿੱਖ ਬੈਠੇ ਸੀ ਉਹ ਧੀਰੇ ਧੀਰੇ ਨਿਕਸਣ ਲੱਗ ਗਏ, ਭੱਜਣ ਲੱਗ ਗਏ ਹੌਲੀ ਹੌਲੀ। ਜੇ ਸਿੱਖ ਕਾਚਾ ਨਾਮ ਧਰਾਇਓ, ਕਿਸ ਕਿਸ ਬੈਠ ਰਹੇ ਉਹਨੇ ਗਮਣੇ, ਕਿਵ ਗੁਰ ਘਰ ਮੇ ਮਾਨ ਰਹਾਇਓ। ਕੁਛ ਬੈਠੇ ਰਹੇ ਭੱਜੇ ਨਹੀਂ, ਪਰ ਸੋਚਦੇ ਰਹੇ ਕਿ ਗੁਰੂ ਘਰ 'ਚ ਮਾਣ ਵੀ ਮਿਲਿਆ ਰਹੇ ਅਤੇ ਧੌਣ ਵੀ ਬਚੀ ਰਹੇ। ਕਿਸ ਪੂਰੇ ਪ੍ਰੇਮੀ ਪਦ ਪੰਕਜ, ਬੈਠ ਰਹੇ ਉਹਨੇ ਵਾਰੀ ਆਇਓ। ਕੁਛ ਬੈਠੇ ਰਹੇ ਕਿ ਸਾਡੀ ਵਾਰੀ ਨਹੀਂ ਆਈ, ਗੁਰੂ ਸਾਹਿਬ ਨੇ ਦੁਬਾਰਾ ਆਵਾਜ਼ ਨਹੀਂ ਦਿੱਤੀ। ਤਾਂ ਗੁਰੂ ਸਾਹਿਬ ਜੀ ਨੇ ਪੰਜਾਂ ਸਿੱਖਾਂ ਨੂੰ ਜਦੋਂ ਸਿੰਘ ਸਜਾ ਕੇ, ਤਪ ਤੇਜ ਬਖਸ਼ ਕੇ, ਤਾਕਤ ਬਖਸ਼ ਕੇ ਦੀਵਾਨ 'ਚ ਲਿਆਂਦਾ, ਤਾਂ ਤੇਜ ਲਲਾਟ ਨਿਹਾਰ ਸਿੰਘਨ ਕੋ ਸਿੱਖ ਦੁਚਿੱਤੇ ਅਤ ਖੁਣ ਸਾਇਓ। ਜਿਹੜੇ ਡਬਲ ਮਾਈਂਡਡ ਸਿੱਖ ਸੀਗੇ, ਇਹ ਮਾਰੀ ਜਾ ਰਿਹਾ, ਧੌਣਾ ਲਾਈ ਜਾ ਰਿਹਾ, ਭੱਜੋ ਇੱਥੋਂ, ਕੋਈ ਬੈਠੇ ਰਹੇ, ਉਹ ਫਿਰ ਅਤ ਖੁਣ ਸਿਖਾਉਣ ਲੱਗ ਗਏ ਕਿ ਸਾਨੂੰ ਪਤਾ ਹੁੰਦਾ ਅਸੀਂ ਚਲੇ ਜਾਂਦੇ। ਸ਼ਰਧਾਹੀਨ ਭਏ ਅਤ ਬਾਉਣੇ, ਗੁਰ ਮਹਿਮਾ ਕੋ ਭੇਦ ਨਾ ਪਾਇਓ। ਪਾਂਚ ਬੜੇ ਗੁਰ ਕੇ ਦਰ ਹੈ ਔਰ ਪਾਂਚ ਬੜੇ ਪ੍ਰਭ ਕੇ ਦਰ ਹੈ ਔਰ ਪਾਂਚ ਕਾ ਮਾਨ ਹੈ ਗੁਰਦਰਬਾਰੇ। ਪਾਂਚ ਕਕਾਰ ਦੀਏ ਗੁਰ ਨੇ, ਪੁਣ ਪਾਂਚ ਕਾ ਪਾਂਚ ਵਕਾਰ ਨ ਮਾਰੇ। ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ, ਪੰਜ ਬਾਣੀਆਂ ਨਾਲ ਲੈਸ ਕੀਤੇ, ਪੰਜ ਹਥਿਆਰ ਬਖਸ਼ੇ ਅਤੇ ਪੰਜ ਕਾਮ ਕ੍ਰੋਧ ਦਰੋਹ ਹੰਕਾਰ ਨੂੰ ਖਤਮ ਕਰਕੇ ਪੰਜ ਜਿਹੜੇ ਦੈਵੀ ਗੁਣ ਸੀ ਉਹਨਾਂ ਨੂੰ ਹਾਸਲ ਕਰਨ ਲਈ ਤਰਦੀਬ ਦਿੱਤੀ, ਤਲੀਮ ਦਿੱਤੀ। ਇਹ ਸੀ ਪੰਜ ਪਿਆਰੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਆਪਣੇ ਤੋਂ ਬਾਅਦ ਦਿੱਤੇ ਕਿ ਗੁਰੂ ਸਾਹਿਬ 'ਤੇ ਜੋਤੀ ਜੋਤ ਸਮਾ ਗਏ। ਤਾਂ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਪੰਥ ਦੇ ਗ੍ਰੰਥ ਦਾ, ਅਤੇ ਕਿਹਾ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਤਾਂ ਅੱਜ ਉਹਨਾਂ ਪੰਜਾਂ ਪਿਆਰਿਆਂ ਦੀ ਥਾਂ 'ਤੇ ਚੱਪਲ ਚੱਟ ਜਿਹੜੇ
ਜੇ ਉਜੜੇ ਹੋਏ ਜਹਾਨ ਦੇ, ਲੁੱਚੇ ਜਹਾਨ ਦੇ ਕਹਿ ਲਓ, ਉਹ ਬਾਦਲ ਦੇ ਨੌਕਰ ਬਣ ਕੇ ਤਖ਼ਤ 'ਤੇ ਬੈਠ ਗਏ। ਆਹ ਆ ਸਾਡੀ ਹੋਣੀ ਜਿਹੜੀ ਆ, ਜਿਹਨੇ ਸਾਨੂੰ ਬਰਬਾਦ ਕੀਤਾ। ਉਹ ਫਿਰ ਬਾਦਲ ਦੀ ਇੱਛਾ ਮੁਤਾਬਕ ਰਾਮ ਰਹੀਮ ਨੂੰ ਮਾਫ਼ੀ ਦੇਣ ਲੱਗ ਪਏ। ਰਾਮ ਰਹੀਮ ਦੀ ਇੱਛਾ ਅਨੁਸਾਰ ਉਹਦੇ ਘਰ ਜਾ ਕੇ ਸਾਈਨ ਕਰਨ ਲੱਗ ਪਏ। ਤੂੰ ਕਿਹੜੇ ਪੰਜ ਪਿਆਰੇ ਕਿਤੇ ਅਤੇ ਗੁਰੂ ਸਾਹਿਬ ਨੂੰ ਵੀ ਆਪਣੇ ਸਾਹਮਣੇ ਖੜ੍ਹਾ ਕਰ ਲੈਣ, ਅਤੇ ਗੁਰੂ ਸਾਹਿਬ ਬੀਰ ਆਸਨ 'ਚ ਆ ਕੇ ਹੁਕਮ ਮੰਨਣ, ਅਤੇ ਕਿੱਥੇ ਇੱਕ ਨਗੋਰਾ ਵਿਅਕਤੀ, ਇੱਕ ਸਵਾਰਥੀ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਪੰਜਾਂ ਪਿਆਰਿਆਂ ਨੂੰ ਨੌਕਰ ਬਣਾ ਕੇ ਅਤੇ ਨਚਾਈ ਫਿਰੇ। ਇਹ ਸਾਡੀ ਕੌਮ ਦਾ ਇਹ ਹਾਲ ਆ। ਕਿੱਡਾ ਵੱਡਾ ਸਰਮਾਇਆ ਕਿੱਥੇ ਆ ਕੇ ਖਤਮ ਹੋ ਗਿਆ ਅਤੇ ਸਾਨੂੰ ਪਤਾ ਹੀ ਨਹੀਂ। ਅਸੀਂ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਪੂਜੀ ਜਾ ਰਹੇ। ਹੁਕਮ ਦੇਣ ਕਾਲ ਤਖ਼ਤ ਸਾਡੇ ਸਿੰਘ ਸਾਹਿਬ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤਪਾਲ ਲੈ ਲਓ, ਸਾਡੇ ਸਿੰਘ ਸਾਹਿਬ ਸਾਡੇ ਗੁਰੂ। ਅਤੇ ਜਦੋਂ ਰਾਮ ਰਹੀਮ ਨੂੰ ਘਰ ਜਾ ਕੇ ਦੱਲਾ ਪੁਣਾ ਕਰਕੇ ਉਹਨੂੰ ਰਿਲੀਫ ਦਿੰਦੇ ਆ, ਉਹਨੂੰ ਕਲੀਨ ਚਿੱਟ ਦਿੰਦੇ ਆ, ਉਦੋਂ ਬਾਦਲ ਦੇ ਨੌਕਰ। ਸਾਡੀ ਆਹ ਆ ਕਰਤੂਤ ਆ, ਸਾਹ ਆ ਸਾਡਾ ਸਰਮਾਇਆ ਜਿਹਨੂੰ ਅਸੀਂ ਸੰਭਾਲਿਆ। ਪਰ ਸਿੱਖਾਂ ਨੇ ਜਦੋਂ ਇਹ ਦੇਖਿਆ ਕਿ ਦਿਮਾਗ 'ਤੇ ਸੱਟ ਵੱਜੀ ਵੀ ਇਹ ਕੀ ਬਣਿਆ, ਫਿਰ ਉੱਠੇ, ਨਾਕੇ ਲੱਗੇ, ਬਹੁਤ ਕੁਛ ਹੋਇਆ। ਫਿਰ ਉਹ ਹੁਕਮਨਾਮਾ ਜੀ ਅਸੀਂ ਵਾਪਸ ਲੈ ਰਹੇ ਹਾਂ। ਫਿਰ ਉਹੀ ਦਾਗੀ ਪੰਜ ਵਿਅਕਤੀ ਅੱਜ ਵੀ ਬੈਠੇ ਨੇ। ਇੱਕ ਉਹਨਾਂ 'ਚੋਂ ਕੱਢਿਆ ਹੁਣ ਬਾਦਲ ਨੇ, ਵੀ ਰਾਮ ਰਹੀਮ ਦੀ ਤਰ੍ਹਾਂ ਮੈਂ ਵੀ ਮਾਫ਼ੀ ਮੰਗ ਲਵਾਂ ਹੁਣ, ਵੀ ਚਲੋ ਛੱਡੋ ਜੀ, ਜੇ ਕੁਛ ਹੋ ਗਿਆ ਤਾਂ ਮਾਫ਼ ਕਰ ਦਿਓ। ਪਰ ਲੋਕ ਛਿੱਤਰ ਮਾਰਨਗੇ ਵੀ ਉਹ ਵੀ ਦੋਸ਼ੀ, ਸਹਿਣ ਕਰਕੇ ਮਾਫ਼ੀ ਦੇਣ ਵਾਲਾ ਅਤੇ ਦੁਦਾਉਣ ਵਾਲਾ ਵੀ ਦੋਸ਼ੀ। ਅਤੇ ਹੁਣ ਮੁਲਜ਼ਮ ਜੱਜ ਨੂੰ ਨਿਯੁਕਤ ਕਰ ਰਿਹਾ, ਉਹਦਾ ਰਾਇ ਲੈ ਲਿਆ, ਇੱਕ ਨੂੰ ਨਿਯੁਕਤ ਕਰ ਰਿਹਾ, ਨਿਯੁਕਤੀ ਪੱਤਰ ਦੇ ਰਿਹਾ ਕਿ ਤੂੰ ਹੁਣ ਤੂੰ ਜਥੇਦਾਰ ਆ। ਉਸ ਜਥੇਦਾਰ ਬਣਨ ਵਾਲੇ ਨੂੰ ਅਜੇ ਸ਼ਰਮ ਨਹੀਂ ਆਈ ਕਿ ਜਿਹੜੇ ਇਹਦੇ ਨਾਲ ਸਾਈਨ ਕਰਨ ਵਾਲੇ ਚਾਰ ਹੋਰ ਨੇ, ਉਹਨਾਂ ਦੇ ਵਿੱਚ ਤੂੰ ਕਿਵੇਂ ਬੈਠੇਗਾ ਜੇ ਤੂੰ ਸੱਚਾ ਤੇ? ਅਤੇ ਜੇ ਤੇਰੇ ਤੋਂ ਪਹਿਲਾਂ ਗ੍ਰੰਥੀਆਂ ਦੇ ਨਾਲ ਕੁੱਤੇ ਖਾਣੀ ਹੋਈ ਤਾਂ ਤੇਰੇ ਨਾਲ ਕੀ ਹੋਊਗੀ? ਪਰ ਸਾਡਾ ਬੇੜਾ ਗਰਕ ਗਿਆ। ਅਸੀਂ ਜਿੰਨਾ ਪੜ੍ਹ ਗਏ, ਬਾਬਾ ਬੁੱਢਾ ਜੀ ਦੀ ਪਦਵੀ 'ਤੇ ਬੈਠਣ ਵਾਲਾ ਗ੍ਰੰਥੀ ਮੈਂ ਤਾਂ ਅੱਜ ਉਹਨੂੰ ਪਾਣੀ ਮਾਰੀ ਖੇਤੀ ਕਹੂੰਗਾ। ਇਹ ਜਿਹੜੇ ਗ੍ਰੰਥੀਆਂ ਨੇ ਗਿਆਨ ਦੇਣਾ ਸੀ ਸਾਨੂੰ, ਜਿਹੜੇ ਗ੍ਰੰਥੀਆਂ ਨੇ ਬਾਦਲ ਨੂੰ ਗਲੋਂ ਫੜਨਾ ਸੀ। ਅਕਾਲ ਤਖ਼ਤ ਛੋਟੀ ਜਿਹੀ ਚੀਜ਼ ਨਹੀਂ। ਤੁਸੀਂ 40 ਸਾਲ ਤੋਂ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਕਰੀ ਜਾ ਰਹੇ ਹੋ। ਕਿੱਥੇ ਆ ਖਾਲਿਸਤਾਨ? ਕੀ ਪ੍ਰਾਪਤ ਕੀਤਾ ਤੁਸੀਂ? ਹਰਿਮੰਦਰ ਸਾਹਿਬ ਸਾਡਾ, ਅੰਮ੍ਰਿਤਸਰ ਸ਼ਹਿਰ ਸਾਡੇ ਗੁਰੂ ਨੇ ਮੁੱਲ ਲਿਆ। ਉਹ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਗੋਲੀਆਂ ਮਾਰੀਆਂ ਉਹਨਾਂ ਦੇ ਨਾਂ ਦੇ ਸ਼ਹੀਦੀ ਚੌਕ ਬਣਿਆ। ਅੰਮ੍ਰਿਤਸਰ ਸ਼ਹਿਰ ਹੋਵੇ ਤਾਂ ਉਹ 'ਚ ਲਿਖਿਆ ਸ਼ਹੀਦ ਬ੍ਰਿਜ ਭੂਸ਼ਣ ਮਹਿਰਾ ਚੌਕ। ਉੱਥੇ ਸਮਾਰਕ ਹੋਵੇ ਉਸ ਬੰਦੇ ਦਾ, ਹਰਬੰਸ ਲਾਲ ਖੰਨੇ ਦਾ, ਜਿਹਨੇ ਸਾਡਾ ਮਾਡਲ ਤੋੜਿਆ ਜੁੱਤੀਆਂ ਨਾਲ ਠੁੱਡੇ ਮਾਰ ਕੇ, ਉਹਦਾ ਉੱਥੇ ਸਮਾਰਕ ਬਣਿਆ ਹੋਵੇ ਅੰਮ੍ਰਿਤਸਰ ਦੇ ਵਿੱਚ। ਇੱਕ ਬਲਦੇਵ ਪ੍ਰਕਾਸ਼ ਚਾਵਲਾ, ਜਿਹਨੇ ਯੂਨੀਵਰਸਿਟੀ ਬਣ ਸਮੇਂ ਸਭ ਤੋਂ ਜ਼ਿਆਦਾ ਵਿਰੋਧਤਾ ਕੀਤੀ ਹੋਵੇ, ਅਤੇ ਬਾਦਲ ਉਹਦਾ ਬੁੱਤ ਲਾਵੇ ਰਿਆਲਟੂ ਚੌਂਕ 'ਚ, ਅਤੇ ਤੁਹਾਡਾ ਮੁੱਲ ਖਰੀਦਿਆ ਸ਼ਹਿਰ ਤੁਸੀਂ ਆਪਣੇ ਕਿਸੇ ਸ਼ਹੀਦ ਦਾ ਨਾਂ 'ਤੇ ਰੱਖ ਕੇ ਦਿਖਾਓ ਕਿਸੇ ਗਲੀ ਦੇ ਨਾਂ 'ਤੇ, ਅਤੇ ਅਸੀਂ ਮੰਨ ਲਈਏ ਤੁਸੀਂ ਖਾਲਿਸਤਾਨੀ ਹੋ, ਤੁਸੀਂ ਕੁਛ ਕਰੋਗੇ।
20 ਸਾਲਾਂ ਤੋਂ ਮੁੰਡੇ ਮਰਵਾਈ ਜਾ ਰਹੇ, ਹਰੇਕ ਸਾਲ ਸਾਡਾ ਇੱਕ ਨੌਲੇਜ ਇੱਕ 20-20 ਸਾਲ ਦੇ ਬੱਚੇ ਇੱਕ ਇੱਕ ਮਰੀ ਜਾ ਰਿਹਾ, ਹਰੇਕ ਜੂਨ ਦੇ ਵਿੱਚ ਮਰਦਾ। ਕੁੱਤੇ ਜਿੰਨਾ ਮੁੱਲ ਨਹੀਂ ਪੈਂਦਾ ਵੀ ਤੁਸੀਂ ਅੱਜ ਤੱਕ ਨਹੀਂ ਸਮਝ ਰਿਹਾ ਵੀ ਅਸੀਂ ਕਿੱਥੇ ਖੜੇ ਹਾਂ, ਸਾਨੂੰ ਨਚਾ ਕੌਣ ਰਹੇ ਨੇ। ਤੂੰ ਆਪਣੇ ਵਿਰਸੇ ਨੂੰ ਬਚਾਓ। ਇਹ ਸ਼ਹੀਦਾਂ ਦਾ ਇੱਕ ਕਵੀ ਨੇ ਬੜੀ ਸੋਹਣੀ ਲਾਈਨ ਲਿਖੀ ਹੈ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਸੋਚ ਕੀ ਹੈ? ਜਿਹੜੀ ਸੋਚ ਆ ਅਸਲ 'ਚ ਉਹ ਸਰਮਾਇਆ ਹੁੰਦਾ। ਜੇ ਸੋਚ ਹੀ ਨਹੀਂ, ਸੋਚ ਹੀ ਮਾੜੀ ਆ ਤਾਂ ਬੰਦਾ ਜਿਉਂਦਾ ਮਰਿਆ। ਤੋ ਕਵੀ ਕਹਿੰਦਾ ਕਿ ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਓ। ਇੱਕ ਸ਼ਹੀਦ ਕਹਿੰਦਾ ਮੇਰੀ ਸੋਚ ਨੂੰ ਬਚਾਇਓ। ਅਤੇ ਤੁਸੀਂ ਸ਼ਹੀਦਾਂ ਦਾ ਜਿਹੜਾ ਜੋ ਕੁਛ ਬਣਾਇਆ ਉਹ ਸਾਨੂੰ ਦਿਸ ਰਿਹਾ। ਤੋ ਸਾਡੇ ਪੰਜਾਬ ਦੇ ਵਿੱਚ ਗੁਰੂ ਸਾਹਿਬਾਂ ਨੇ 250 ਸਾਲ ਲਾ ਕੇ ਜਿਹੜੇ ਸਾਨੂੰ ਸਿਧਾਂਤ ਦਿੱਤੇ, ਉਹਨਾਂ 'ਚ ਇੱਕ ਅਕਾਲ ਤਖ਼ਤ ਆ, ਮੀਰੀ ਪੀਰੀ ਦਾ ਤਖ਼ਤ, ਅਕਾਲ ਤਖ਼ਤ। ਅਕਾਲ ਤਖ਼ਤ ਉਹ ਆ ਜਿਹਨੂੰ ਜਹਾਂਗੀਰ ਨੇ ਚੈਲੰਜ ਕੀਤਾ, ਇਹ ਹੁਕਮ ਦਿੱਤਾ ਕਿ ਮੇਰੇ ਤੋਂ ਬਿਨਾਂ ਕੋਈ ਦਸਤਾਰ ਨਹੀਂ ਸਜਾਊਗਾ, ਤਲਵਾਰ ਨਹੀਂ ਪਾਊਗਾ, ਘੋੜਸਵਾਰੀ ਨਹੀਂ ਕਰੂਗਾ। ਅਤੇ ਗੁਰੂ ਸਾਹਿਬ ਨੇ ਕਿਹਾ ਤੇਰਾ ਚੈਲੰਜ ਪ੍ਰਵਾਨ ਕੀਤਾ, ਮੇਰੇ ਸਿੱਖ ਵੀ ਬੰਨਣਗੇ ਪਗੜੀਆਂ, ਦਸਤਾਰਾਂ ਅਤੇ ਘੋੜਸਵਾਰੀ ਵੀ ਕਰਨਗੇ, ਤਲਵਾਰਾਂ ਵੀ ਪਾਉਣਗੇ। ਉਸ ਸਮੇਂ ਸਭ ਤੋਂ ਪਹਿਲਾਂ ਜਦ ਬਾਬਾ ਬੁੱਢਾ ਜੀ ਨੇ ਸੁਸ਼ੋਭਿਤ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤਖ਼ਤ 'ਤੇ, ਤਾਂ ਉਮਰ ਛੋਟੀ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਉਦੋਂ 9 ਸਾਲ ਦੇ ਸੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਅਤੇ 9 ਸਾਲ ਦੇ ਹੀ ਗੁਰੂ ਗੋਬਿੰਦ ਸਿੰਘ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ। ਜ਼ਿੰਮੇਵਾਰੀਆਂ ਬੜੀਆਂ ਵੱਡੀਆਂ, ਔਰ ਗੁਰੂ ਅਰਜਨ ਦੇਵ ਜੀ ਵੀ ਗੁਰਤਾ ਗੱਦੀ ਦੇ ਕੇ ਗਏ 9 ਸਾਲ ਦੇ ਸਾਹਿਬਜ਼ਾਦੇ ਨੂੰ, ਗੁਰੂ ਤੇਗ ਬਹਾਦਰ ਸਾਹਿਬ ਵੀ 9 ਸਾਲ ਦੇ ਸਾਹਿਬਜ਼ਾਦੇ ਨੂੰ ਦੇ ਕੇ ਗਏ। ਤੋ ਉਸ ਸਮੇਂ ਬਾਬਾ ਬੁੱਢਾ ਜੀ ਨੇ ਸੁਸ਼ੋਭਿਤ ਕੀਤਾ ਤਖ਼ਤ 'ਤੇ। ਤੋ ਨੱਥਾ ਅਤੇ ਅਬਦੁੱਲਾ ਦੋ ਢਾਡੀ ਸੀ ਸੁਰ ਸਿੰਘ ਪਿੰਡ ਦੇ, ਜਿਨ੍ਹਾਂ ਨੇ ਸਭ ਤੋਂ ਪਹਿਲੀ ਵਾਰ ਗਾਈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੇਰੀ ਦਾ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਹੱਥ ਕਰਕੇ ਇਸ਼ਾਰਾ ਕਰਕੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰੀ ਦੀ। ਇਹ ਸੀ ਚੈਲੰਜ ਜਿਹੜਾ ਕਬੂਲਿਆ ਗੁਰੂ ਸਾਹਿਬ ਜੀ ਦੇ ਮਮੂਲੇ ਜੇ ਸਿੱਖਾਂ ਨੇ, ਨਿਤਾਣੇ ਜੇ ਸਿੱਖਾਂ, ਨਿਮਾਣੇ ਜੇ ਸਿੱਖਾਂ ਨੇ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ 5-4 ਲੜਾਈਆਂ ਲੜੀਆਂ ਪਈਆਂ। ਮਹਾਰਾਜ ਵਿੱਚ ਦੋ ਜਰਨੈਲ ਆਏ ਮਾਰਨ ਲਈ ਗੁਰੂ ਸਾਹਿਬ ਨੂੰ, ਇੱਕ ਕਰਤਾਰਪੁਰ ਹੋਈ, ਇੱਕ ਹਰਗੋਬਿੰਦਪੁਰ, ਇੱਕ ਅੰਮ੍ਰਿਤਸਰ, ਇੱਥੇ ਇੱਕ ਇੱਕ ਜਰਨੈਲ ਆਇਆ ਅਤੇ ਮਰ ਕੇ ਗਏ, ਹਾਰ ਕੇ ਗਏ। ਜਿਹੜੀ ਮਹਾਰਾਜ ਦੀ ਲੜਾਈ ਸੀ ਉਸ 2 ਜਰਨੈਲ ਭੇਜੇ ਲਾਹੌਰ ਦੇ ਸੂਬੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰਨ ਲਈ, ਉਹ ਦੋਵੇਂ ਮਰ ਕੇ ਗਏ। 6-2 ਖੰਡ ਹੋਇਆ ਪੈਂਡੇ ਖਾਂ। ਇਹ ਚੈਲੰਜ ਕਰਕੇ ਤਖ਼ਤ ਨੂੰ ਸਥਾਪਿਤ ਕਰਨ ਲਈ ਸ਼ਹਾਦਤਾਂ ਹੋਈਆਂ। ਬਾਬਾ ਬਿਧੀ ਚੰਦ ਵਰਗੇ ਸੂਰਮੇ 500-500 ਦੇ ਗਾਟੇ ਲਾ ਕੇ ਵੀ ਜੂਦੇ ਰਹੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੁਹਿਰਦ ਹਿਰਦੇ ਚੁੱਕਿਆ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਅੱਜ ਬਾਦਲ ਵਰਗੇ ਬਾਦਲ ਅਤੇ ਉਹਦੀ ਕਤੀੜ ਆਪਣੇ ਆਪ ਆਪੇ ਹੀ ਆਪਣੇ ਗ੍ਰੰਥੀਆਂ ਤੋਂ ਫਕਰੇ ਕੌਮ ਦੇ ਗਤਾਬ ਲਈ ਜਾ ਰਹੇ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਾ,
ਉਹਨੂੰ ਛੋਟ ਦੇਵੇ ਮੁੱਖ ਮੰਤਰੀ ਪੰਜਾਬ ਸਿੱਖਾਂ ਦਾ ਬਣਿਆ ਹੋਵੇ ਮਾਮਾ ਚੰਦੂ ਤੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਮਰਨ ਵਾਲੇ ਗੋਲੀਆਂ ਖਾਣ ਸੜਕ ਤੇ, ਉਹਦੇ ਖਿਲਾਫ ਤੂੰ ਐਫ ਆਈ ਆਰ ਦਰਜ ਨਾ ਕਰਾਵੇ ਤੇ ਫਖਰੇ ਕਿਤਾਬ ਫਖਰੇ ਕੌਮ ਦਾ ਖਿਤਾਬ ਲਵੇ। ਇਹ ਦੇਖੋ ਸਾਡੀ ਪ੍ਰਾਪਤੀ, ਸਾਡੀ ਸਿੱਖਾਂ ਦੀ ਪਾਵਰ ਸਾਡੇ ਹੱਥ, ਅਸੀਂ ਵੋਟ ਪਾਉਂਦੇ ਹਾਂ ਤਾਂ ਉਹ ਬੰਦਾ ਆਉਂਦਾ ਅੱਗੇ, ਪਾਵਰ ਸਾਡੇ ਹੱਥ ਤੇ ਸਾਡੀ ਹੀ ਕੌਮ ਦਾ ਘਾਣ ਕਰ ਗਿਆ। ਦੋ ਸਿੱਖ ਮਾਰੇ ਗਏ ਅੰਮ੍ਰਿਤ ਵੇਲੇ, ਗੋਲੀ ਚੱਲੀ ਪੁਲਿਸ ਦੀ, ਗੋਲੀ ਜਿਹੜੀ ਹਮੇਸ਼ਾ ਰਬੜ ਦੀ ਚੱਲਦੀ ਪਹਿਲਾਂ, ਪਰ AK-47 ਚੱਲੀ ਜਿਹੜੀ ਨਾ ਰਾਈਫਲ ਨੂੰ ਸਰਕਾਰੀ ਰੁਤਬਾ ਹਾਸਲ ਆ, ਨਾ ਉਹ ਵਰਤਾਈ ਜਾ ਸਕਦੀ, ਨਾ ਐਡਾ ਵੱਡਾ ਘਮਸਾਨ ਪਿਆ ਸੀ, ਅਸ਼ਾਂਤਮਈ ਸਵੇਰੇ ਅੰਮ੍ਰਿਤ ਵੇਲੇ ਬੱਚੇ ਬੈਠੇ, ਪਰ ਗੋਲੀ ਚੱਲੀ ਤੇ ਸੈਂਕੜੇ ਜ਼ਖਮੀ ਹੋਏ, ਦੋ ਸਿੱਖ ਮਾਰੇ ਗਏ। ਤੋ ਬਾਦਲ ਕਹਿੰਦਾ ਜੀ ਅਣਪਛਾਤੀ ਪੁਲਿਸ ਮਾਰ ਗਈ। ਅਣਪਛਾਤੀ ਪੁਲਿਸ ਦੂਸਰੀ ਸਟੇਟ ਦੀ ਮਾਰ ਗਈ? ਤੇਰੀ ਪੁਲਿਸ ਤੇਰੇ ਥਾਣੇ ਦਾ ਉਹ SHO, ਉਹ ਥਾਣੇ ਦਾ ਮੁਨਸ਼ੀ ਜਿਸਨੇ ਇੱਕ ਇੱਕ ਰਾਈਫਲ ਦਾ ਨੰਬਰ ਚੜਾ ਕੇ ਰਜਿਸਟਰ ਤੇ ਜਵਾਨ ਨੂੰ ਰਾਈਫਲ ਫੜਾਈ ਹੋਵੇ, ਨਾਲ ਗਿਣ ਕੇ ਗੋਲੀਆਂ ਦਿੱਤੀਆਂ ਹੋਣ, ਤੇ ਉਹ ਮੁਨਸ਼ੀ ਦੱਸ ਸਕਦਾ ਕਿ ਕਿਹੜੀ ਰਾਈਫਲ ਚੋਂ ਕਿੰਨੀਆਂ ਗੋਲੀਆਂ ਨਿਕਲੀਆਂ? ਤੇ ਤੂੰ ਕਹਿੰਦਾ ਅਣਪਛਾਤੀ ਪੁਲਿਸ? ਜਿਸ ਪੁਲਿਸ ਅਫਸਰ ਨੇ ਨੌਜਵਾਨਾਂ ਦੀਆਂ ਬਾਹਾਂ ਬੰਨ੍ਹ ਕੇ ਜਦੋਂ ਅਰੈਸਟ ਹੋਏ ਮੂੰਹ ਤੇ ਠੁੱਡੇ ਮਾਰ ਕੇ ਉਹਨਾਂ ਨੂੰ ਕਤਲ ਕਰਕੇ ਨਹਿਰਾਂ 'ਚ ਰੋੜਿਆ ਹੋਵੇ, ਉਹਨੂੰ ਤੇਰਾ ਉਹਨੂੰ ਤੂੰ ਬਣਾਵੇਂ ਆਪਣਾ DGP? ਜਿਸ ਬੱਚੇ ਜਿਹਨੇ ਸਿੱਖ ਬੱਚਿਆਂ ਦਾ ਸ਼ਿਕਾਰ ਕੀਤਾ ਹੋਵੇ ਅਜ਼ਹਾਰ ਆਲਮ ਵਰਗੇ, ਉਹ ਤੇਰੀ ਮਿਨਿਸਟਰੀ ਦੇ ਮੈਂਬਰ ਬਣਨ? ਤੇ ਕਿੱਡਾ ਜ਼ੁਲਮ ਆ ਸਾਡੇ ਤੇ, ਸਾਡਾ ਸਰਮਾਇਆ ਵਰਤ ਕੇ, ਸਾਡੋ ਤਾਕਤ ਲੈ ਕੇ ਸਾਡੀ ਕੌਮ ਦਾ ਘਾਣ ਕਰ ਗਿਆ, ਨੀਲੀ ਪੱਗ ਬੰਨ ਕੇ ਅਸੀਂ ਅੱਜ ਤੱਕ ਨਹੀਂ ਪਛਾਣਦੇ ਪਏ। ਉਹ ਅਜੇ ਤੱਕ ਵੀ ਕਹੀ ਜਾਂਦਾ ਕਿ ਇੱਕ ਬੱਚਾ ਦਿਓ ਮੈਨੂੰ, ਇੱਕ ਇੱਕ ਪਰਿਵਾਰ ਦਾ ਇੱਕ ਇੱਕ ਬੱਚਾ ਦਿਓ। ਉਹ ਮਰਜੀਵੜੇ ਬਣਵਾ ਕੇ ਮਰਵਾ ਗਿਆ ਅਕਾਲ ਤਖ਼ਤ ਤੇ, ਅਕਾਲ ਤਖ਼ਤ ਤੋਂ ਆ ਗਿਆ ਨੌਜਵਾਨ ਜਿਹੜੇ ਗੋਲੀਆਂ ਨਾਲ ਮੰਨੇ ਗਏ ਤੇ ਨਹਿਰਾਂ 'ਚ ਰੁੜੇ, ਤੇ ਜਿਹੜੇ ਧਰਮੀ ਫੌਜੀ ਸੀਗੇ ਉਹ ਸੈਂਕੜੇ ਦੀ ਤਾਦਾਦ 'ਚ ਕਸਾਰਾ ਘਾਟ ਮਰੇ, ਖੰਡਾਲਾ ਘਾਟ ਮਰੇ, ਰਾਮਗੜ੍ਹ ਸੈਕਟਰ 'ਚ ਮਰੇ, ਗੰਗਾਨਗਰ ਸੈਕਟਰ 'ਚ ਮਰੇ, ਤੇ ਜਿਹੜੇ ਜਿਉਂਦੇ ਰਹੇ ਉਹਨਾਂ ਨੇ ਕੋਰਟ ਮਾਰਸ਼ਲ ਅਟੈਂਡ ਕੀਤੇ ਤੇ ਫੇਸ ਕੀਤੇ, ਸਜ਼ਾਵਾਂ ਭੁਗਤੀਆਂ, ਉਹ ਅੱਜ ਰਿਕਸ਼ੇ ਚਲਾਉਂਦੇ ਫਿਰਦੇ ਨੇ, ਤੇ ਇਹ ਫਖਰੇ ਕੌਮ ਦਾ ਖਿਤਾਬ ਲੈ ਰਿਹਾ। ਅਸੀਂ ਸੁੱਤੇ ਪਏ ਹਾਂ, ਤੁਹਾਡੀ 40 ਲੱਖ ਗਿਣਤੀ ਆ ਜਿਹੜੇ ਤੁਸੀਂ ਸਿੱਖਾਂ ਤੋਂ, ਸਿੱਖ ਪੰਜਾਬ ਤੋਂ ਬਾਹਰ ਬੈਠੇ ਹੋ, ਤੁਸੀਂ ਇੱਕ ਇੱਕ ਸਿੱਖ ਜਿਹੜਾ ਆਪਣੇ ਘਰ ਤੁਸੀਂ ਅਲਰਟ ਕਰ ਦਿਓ ਕਿ ਇਸ ਬੰਦੇ ਨੂੰ ਵੋਟ ਪਾਈ, ਤੁਹਾਡਾ ਸਾਡਾ ਰਿਸ਼ਤਾ ਖਤਮ। ਇਹ ਬੰਦਾ ਦੁਨੀਆਂ 'ਤੇ ਨਜ਼ਰ ਨਹੀਂ ਆਊਗਾ, ਨਾ ਇਹਦਾ ਖਾਨਦਾਨ ਨਜ਼ਰ ਆਊ ਕਿਤੇ, ਪਰ ਤੁਸੀਂ ਆਪਣੇ ਫਰਜ਼ ਨਹੀਂ ਨਿਭਾਏ। ਜਦੋਂ ਨਿਭਾਉਣ ਲੱਗੇ ਉਦੋਂ ਚੇਂਜ ਆਇਆ ਅਤੇ ਆਉਣਾ ਸ਼ੁਰੂ ਹੋਇਆ, ਹੁਣ ਛਾਲਣਾ ਲੱਗਾ ਪੰਜਾਬ 'ਚ, ਦੇਖੋ ਕੀ ਰਿਜ਼ਲਟ ਨਿਕਲਦਾ। ਪਰ ਸਮਾਂ ਹਾਲੇ ਵੀ ਸੌਣ ਦਾ ਨਹੀਂ, ਅੱਜ ਵੀ ਤੀਸਰੇ ਥਾਂ 'ਤੇ ਅਕਾਲੀ ਦਲ ਮੁੱਧੇ ਪਿਆ, ਤੀਸਰੇ ਥਾਂ 'ਤੇ ਆਪੋਜੀਸ਼ਨ ਦੀ ਲੀਡਰਸ਼ਿਪ ਗਈ, ਉਹਦਾ ਨਾਂ ਲੈਣ ਨੂੰ ਕੋਈ ਸਿੱਖ ਤਿਆਰ ਨਹੀਂ, ਪਰ ਮਾਲਕ ਅੱਜ ਫਿਰ ਉਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦਾ ਮਾਮਲਾ, ਸਿੱਖ ਬੱਚਿਆਂ ਦੀ ਸ਼ਹਾਦਤ ਦਾ ਮਾਮਲਾ, ਸਿੱਖ ਤੜਫਦੇ ਜਸਟਿਸ ਦਿਓ ਸਰਕਾਰ ਨੂੰ ਕਹਿੰਦੇ ਆ, ਅਤੇ ਕਾਲ ਤਖ਼ਤ ਰੋਕਦਾ ਹੈ ਨਾ,
ਪ੍ਰਬੰਧਕ ਕਮੇਟੀ ਰੋਕ ਰਹੀ ਹੈ ਨਾ, ਅਕਾਲੀ ਦਲ ਰੋਕ ਰਿਹਾ ਨਾ, ਇਹ ਸਰਕਾਰ ਗਲਤ ਕਰ ਰਹੀ, ਨਹੀਂ ਹੋਣਾ ਚਾਹੀਦਾ। ਅਕਾਲ ਤਖ਼ਤ ਕਮੇਟੀ ਅਤੇ ਅਕਾਲੀ ਦਲ ਪਹਿਲੀ ਦਫਾ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਦੇ ਵਿੱਚ ਖੜ੍ਹੇ ਨਜ਼ਰ ਆ ਰਹੇ, ਤੁਹਾਨੂੰ ਨਹੀਂ ਨਜ਼ਰ ਆ ਰਹੇ? ਅਕਾਲ ਤਖ਼ਤ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਤਿੰਨ ਸੰਸਥਾਵਾਂ ਨੇ, ਇਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਦੇ ਵਿੱਚ ਨਜ਼ਰ ਆ ਰਹੇ ਨੇ, ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ, ਇੱਕ ਪਾਪੀ ਨੂੰ ਬਚਾਉਣ ਲਈ ਉਹਦੀ ਸਪੋਰਟ ਦੇ ਪਿੱਛੇ ਖੜ੍ਹੇ ਨੇ, ਪਰ ਸਾਨੂੰ ਨਹੀਂ ਦਿਸ ਰਿਹਾ। ਤੇ ਇਹ ਆਪਾਂ ਆਪਣੇ ਫਰਜ਼ ਕਦੋਂ ਨਿਭਾਵਾਂਗੇ? ਤੁਸੀਂ, ਪਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ, ਖੁਸ਼ੀਆਂ ਭਰੀ ਉਮਰ ਦੇਵੇ, ਪਰ ਤੁਸੀਂ ਕਿਤੇ ਨਾ ਕਿਤੇ ਆਪਣੀ ਕੌਮ ਦਾ ਦਰਦ ਪਿੰਡੇ 'ਤੇ ਹੰਢਾ ਕੇ ਨਾਲ ਤੁਰੋਗੇ ਤਾਂ ਸੁੱਖ ਮਹਿਸੂਸ ਕਰੋਗੇ, ਦਸਮ ਪਾਤਸ਼ਾਹ ਦੇ ਦਰ ਦੀਆਂ ਖੁਸ਼ੀਆਂ ਹਾਸਲ ਕਰੋਗੇ। ਜਦੋਂ ਤੁਸੀਂ ਕਿਤੇ ਨਾ ਕਿਤੇ ਕੌਮ ਦਾ ਹਿੱਸਾ ਬਣ ਕੇ ਉਹਦੇ ਨਾਲ ਸਾਵੇਂ ਕਦਮ ਨਾ ਕਦਮ ਰੱਖ ਕੇ ਚੱਲੋਗੇ। ਤੁਸੀਂ ਬਾਹਰ ਬੈਠੇ ਸਿੱਖ ਬਹੁਤ ਕੁਛ ਕਰ ਸਕਦੇ ਹੋ, 40 ਲੱਖ ਦੇ ਕਰੀਬ ਗਿਣਤੀ ਆ ਬਾਹਰ ਦੇ ਸਿੱਖਾਂ ਦੀ। ਸਾਰੇ ਸਿੱਖ ਆਪਣੇ ਫਰਜ਼ ਨਿਭਾਉਣ, ਆਪਣੇ ਘਰਦਿਆਂ ਨੂੰ ਕਹਿਣ ਕਿ ਪ੍ਰਬੰਧਕ ਕਮੇਟੀ ਦੀ ਵੋਟ ਬਾਦਲ ਦੇ ਬੰਦੇ ਨੂੰ ਨਹੀਂ ਪੈਣੀ ਚਾਹੀਦੀ। ਅਸੀਂ ਇਹ ਆਪਣਾ ਧਰਮ ਜਿਹੜਾ ਉਹਨੂੰ ਪ੍ਰਚੰਡ ਕਰਕੇ ਦਿਖਾਵਾਂਗੇ। ਪ੍ਰਬੰਧਕ ਕਮੇਟੀ ਦੀ ਵੋਟ ਜਿਹੜੀ ਆ ਉਹ ਬਾਦਲ ਦੇ ਬੰਦੇ ਨੂੰ ਨਾ ਪਵੇ, ਅਤੇ ਅਸੀਂ ਹਫ਼ਤੇ ਤੁਹਾਨੂੰ ਕਾਲ ਤਖ਼ਤ ਆਪਣੇ ਸਿਖਰਾਂ 'ਤੇ, ਆਪਣੇ ਤਪ 'ਤੇ, ਇਹਦੇ ਵਿੱਚ ਪ੍ਰਚੰਡ 'ਤੇ ਇਹਦੇ ਵਿੱਚ ਨਜ਼ਰ ਆਉਂਦਾ ਦਿਖਾਵਾਂਗੇ। ਜਿੱਦਣ ਤੁਸੀਂ ਇਹ ਪ੍ਰਬੰਧਕ ਕਮੇਟੀ ਦਾ ਇੰਤਜ਼ਾਮ ਪੰਥਕ ਹੱਥਾਂ 'ਚ ਦਿਓਗੇ, ਉਦੋਂ ਆਲ ਵਰਲਡ ਦੀ ਜਦਬਾਜ ਦੀ ਤਰਜਮਾਨੀ ਕਰਦੇ 5 ਸਿੰਘ ਸਹਿਬਾਨ ਕਾਲ ਤਖ਼ਤ 'ਤੇ ਹੋਣਗੇ। ਉਦੋਂ ਸਿੱਖ ਮਸਲਾ ਕਾਲ ਤਖ਼ਤ ਤੋਂ ਉੱਠੂਗਾ। ਜਦੋਂ ਕਾਲ ਤਖ਼ਤ ਤੋਂ ਸਿੱਖ ਮਸਲਾ ਉੱਠੂਗਾ, ਦਿੱਲੀ ਕੰਬੂਗੀ। ਦਿੱਲੀ, ਅੱਜ ਦਿੱਲੀ ਨੂੰ ਪਤਾ ਕਾਲ ਤਖ਼ਤ ਸਾਡੀ ਮੁੱਠ 'ਚ ਆ, ਉਹ ਕਿਉਂ ਕੰਬੂਗੀ? ਅੱਜ ਅਸੀਂ ਮੁਜ਼ਾਹਰੇ ਕਰਦੇ, ਲੱਖਾਂ ਦੀ ਗਿਣਤੀ ਕਰਦੇ ਸੜਕ 'ਤੇ, ਜਦੋਂ ਕਮੇਟੀ ਸਾਡੇ ਹੱਥ 'ਚ ਹੋਊਗੀ ਤਾਂ ਸਾਡੇ ਕੋਲ ਸਿੱਖਾਂ ਦੀ ਪਾਰਲੀਮੈਂਟ ਹੋਊਗੀ, ਉਹਦੇ ਵਿੱਚ ਅਸੀਂ ਗੱਲ ਕਰਾਂਗੇ। ਜਦੋਂ ਕਾਲ ਤਖ਼ਤ ਸਾਡਾ ਹੋਣ ਦੇ ਵਿੱਚ ਹੋਊ, ਆਜ਼ਾਦ ਹੋਊ, ਸੁਤੰਤਰ ਹੋਊ, ਪ੍ਰਭੂ ਸੱਤਾ ਸੰਪੰਨ ਹੋਊ, ਤੁਹਾਡੇ ਹਰੇਕ ਦੇਸ਼ ਦਾ ਰਾਸ਼ਟਰਪਤੀ ਉੱਥੇ ਮੱਥਾ ਟੇਕ ਕੇ ਤੁਹਾਡੀ ਸਪੋਰਟ ਉੱਥੋਂ ਮੰਗੂਗਾ, ਤੁਹਾਡੀ ਇੱਜ਼ਤ ਉੱਥੇ ਬਣੂਗੀ। ਅਤੇ ਤੁਸੀਂ ਇੱਕ ਛੋਟੀ ਜਿਹੀ ਵਸਤੂ ਦੇ ਪਿੱਛੇ ਆਪਣਾ ਟਾਈਮ ਵੇਸਟ ਨਾ ਕਰੋ। ਜਦੋਂ ਪਰਮਾਤਮਾ ਨੇ ਸਮਾਂ ਲਿਆਂਦਾ, ਲੜਾਈ ਲੜੀ ਪੰਜਾਬ ਦੇ ਸਿੱਖਾਂ ਨੇ, ਹਰਿਆਣਾ ਆਪੇ ਬਣ ਗਿਆ, ਹਿਮਾਚਲ ਆਪੇ ਬਣ ਗਿਆ। ਇਹ ਸਮਾਂ ਆਉਣਾ, ਇਹ ਹਿੰਦੁਸਤਾਨ ਨੂੰ ਕਿਸੇ ਨੇ ਨਹੀਂ ਬਖਸ਼ਣਾ, ਨਾ ਬਖਸ਼ਣਾ ਅਮੈਰੀਕਾ ਨੇ, ਨਾ ਬਖਸ਼ਣਾ ਚਾਈਨਾ ਨੇ, ਨਾ ਬਖਸ਼ਣਾ ਰੂਸ ਨੇ, ਕਿਉਂਕਿ ਇਹ ਕਿਸੇ ਦਾ ਬਣਿਆ ਨਹੀਂ। ਰੂਸ ਦੀ ਤਰ੍ਹਾਂ ਇਹਦੇ ਵੀ ਟੋਟੇ ਹੋਣੇ ਆ, ਅਤੇ ਸ਼ੁਰੂਆਤ ਹੋਣੀ ਸਾਊਥ ਦੇ ਵਿੱਚੋਂ। ਜਿੱਦਣ ਉੱਦਣ ਸਾਊਥ ਦੇ ਵਿੱਚੋਂ ਸ਼ੁਰੂਆਤ ਹੋਊਗੀ, ਉੱਦਣ ਆਪਣਾ ਚਾਅ ਪੂਰਾ ਕਰ ਰਹੇ ਹੋ, ਇਕੱਲੇ ਨਾ ਜ਼ੋਰ ਲਾਓ। ਵਕਤ ਵਿਚਾਰੇ ਸੋ ਬੰਦਾ ਹੋਏ, ਦਸਮ ਪਾਤਸ਼ਾਹ ਕਹਿੰਦੇ ਵਕਤ ਨੂੰ ਵਿਚਾਰ ਕੇ ਚੱਲੋ। ਤਾਂ ਸਵੈਮਾਨ ਸੁਤੰਤਰ ਵਾਲਾ ਜੀਵਨ ਜੀਓ, ਪਰ ਸਾਡੀ ਸੁਤੰਤਰਤਾ ਤਾਂ ਜੇ ਕਾਲ ਤਖ਼ਤ ਸੁਤੰਤਰ ਹੋਊ, ਤੇ ਜੇ 5 ਪਿਆਰੇ ਸੁਤੰਤਰ ਹੋਣਗੇ, 5 ਪਿਆਰਿਆਂ ਨੂੰ ਡਰ ਨਹੀਂ ਹੋਊਗਾ ਮੈਨੂੰ ਕੋਈ CM ਅਤੇ PM ਹਟਾ ਸਕਦਾ। ਬਾਦਲ ਨੂੰ ਤੁਸੀਂ ਅਧਿਕਾਰ ਦੇ ਤਾ, ਰਣਜੀਤ ਸਿੰਘ ਨੂੰ ਹਟਾ ਦੇ ਕੋਈ ਗੱਲ ਨਹੀਂ, ਪੂਰਨ ਸਿੰਘ ਨੂੰ ਹਟਾ ਦੇ ਕੋਈ ਗੱਲ ਨਹੀਂ, ਵਿਦੰਤੀ ਨੂੰ ਕੱਢ ਦੇ ਕੋਈ ਗੱਲ ਨਹੀਂ, ਗੁਰਬਚਨ ਸਿੰਘ ਨੂੰ ਕੱਢ ਦੇ ਕੋਈ ਗੱਲ ਨਹੀਂ,
ਤੇ ਕੀ ਇਹ ਅਧਿਕਾਰ ਤੁਸੀਂ ਕਾਂਗਰਸੀ ਸੀਐਮ ਨੂੰ ਦਿਓਗੇ? ਉਹ ਸੀਐਮ ਨਹੀਂ, ਇਹ ਬਾਦਲ ਕਿੱਥੋਂ ਆਕਾਸ਼ ਤੋਂ ਉਤਰਿਆ ਹੋਇਆ? ਤੋ ਸਾਡੀ ਸਾਡੀ ਪਰੰਪਰਾ ਸਾਡੇ ਗੁਰੂ ਨੇ ਬਣਾਈ, ਪ੍ਰਬੰਧਕ ਕਮੇਟੀ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਬਣਾਈ, ਪ੍ਰਬੰਧਕ ਕਮੇਟੀ ਇੱਕ ਐਕਟ ਆ, ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਨੇ। ਸਿਧਾਂਤ ਤੇ ਐਕਟ ਦਾ ਜਿਹੜਾ ਫਰਕ ਆ, ਉਹਨੂੰ ਫਰਕ ਨੂੰ ਫਰਕ ਕਰਕੇ ਸਮਝੋ। ਸਭ ਤੋਂ ਪਹਿਲਾਂ ਤਾਂ ਬਾਬਾ ਬੁੱਢਾ ਦੀ ਪਦਵੀ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਕੀਤੀ, ਉਹਨੂੰ ਨੌਕਰ ਬਣਾਇਆ ਇਸ ਭੜਵੇ ਨੇ, ਹੈਡ ਮਿਨਿਸਟਰ ਅਕਾਲ ਤਖ਼ਤ ਹੈਡ ਮਿਨਿਸਟਰ ਹਰਿਮੰਦਰ ਸਾਹਿਬ ਲਿਖ ਕੇ। ਜਿਹੜਾ ਹੈਡ ਗ੍ਰੰਥੀ ਆ ਉਹ ਤਾਂ 58 ਸਾਲ ਦਾ ਮੁੱਖ ਵਾਕ ਨਹੀਂ ਲੈ ਸਕਦਾ, ਰਿਟਾਇਰ ਕਰੋ ਜੀ। ਅਤੇ ਇਹ ਇਹ ਬੁੱਢਾ ਜਿਹੜਾ ਪ੍ਰਕਾਸ਼ ਸਿੰਘ ਬਾਦਲ 96 ਸਾਲ ਤੋਂ ਵਾਧਾ ਹੋ ਗਿਆ ਅਤੇ ਅਜੇ ਕਹਿੰਦਾ ਜੀ ਇੱਕ ਵਾਰੀ ਹੋਰ, ਇੱਕ ਵਾਰੀ ਹੋਰ। ਨਾਲ ਮੁੰਡਾ ਵੀ ਮੰਗਦਾ ਹੈ ਕਿ ਇੱਕ ਮੁੰਡਾ ਹੋਰ ਦਿਓ ਚੁੱਲ੍ਹੇ 'ਚ ਪਾਉਣ ਨੂੰ, ਰਾਜਨੀਤੀ ਦੀ ਭੱਠੀ 'ਚ ਪਾਉਣ ਨੂੰ, ਇੱਕ ਇੱਕ ਸਿੱਖ ਹੋਰ ਦਿਓ ਤਾਂ ਕਿ ਮੇਰਾ ਪੁੱਤ ਦੁੱਲਾ ਬਣ ਸਕੇ ਪੰਥ ਦਾ। ਤੁਸੀਂ ਸੁਣੀ ਜਾ ਰਹੇ ਹੋ ਆਰਾਮ ਨਾਲ। ਇਸ ਬੰਦੇ ਨੂੰ ਤਾਂ ਅੱਜ ਘਰ ਨਹੀਂ ਸੀ ਟਿਕਣਾ, ਨਹੀਂ ਸੀ ਮਿਲਣਾ ਚਾਹੀਦਾ, ਪੰਜਾਬ 'ਚ ਲੱਭਣਾ ਨਹੀਂ ਸੀ ਚਾਹੀਦਾ। ਇਹ ਅਜੇ ਵੀ ਰੈਲੀਆਂ ਕਰਦਾ ਪਿਆ। ਇਹ ਆ ਤੁਹਾਡੇ ਫਰਜ਼, ਜੇ ਨਿਭਾ ਲਓ ਤਾਂ ਸ਼ਹੀਦਾਂ ਦੀ ਸੋਚ ਬਚ ਜਾਊਗੀ ਜਿਹਨਾਂ ਦੇ ਤੁਸੀਂ ਦਿਨ ਮਨਾ ਰਹੇ ਹੋ। ਤੋ ਵਰਨਾ ਜੋ ਕੁਛ ਹੈ ਉਹ ਜਿਨ੍ਹਾਂ ਨੇ ਆਪਣੇ ਫਰਜ਼ ਨਿਭਾਉਣੇ ਨੇ ਉਹ ਨਿਭਾਈ ਜਾ ਰਹੇ ਨੇ। ਕੁਝ ਸਵਾਰਥ ਆ ਜਿਹੜੀ ਸਵਾਰਥ ਦੀ ਵਜ੍ਹਾ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ, ਕੋਈ ਸਵਾਰਥ ਆ ਜਿਹੜੇ ਸਵਾਰਥੀ ਲੋਕਾਂ ਦੀ ਵਜ੍ਹਾ ਨਾਲ ਇਹ ਭੜਵਾ ਜਿਹਾ ਅਤੇ ਗਧਾ ਜਿਹਾ ਬੰਦਾ ਸਾਡੇ 'ਤੇ ਰਾਜ ਕਰ ਗਿਆ, ਗਿੱਦੜ ਰਾਜ ਕਰ ਗਿਆ ਸ਼ੇਰਾਂ ਦੀ ਕੌਮ 'ਤੇ, ਅਤੇ ਆਪਣੀ ਮਰਜ਼ੀ ਨਾਲ ਨੁਕਸਾਨ ਕਰ ਗਿਆ। ਕਦੀ ਮੈਂ ਕੱਲ੍ਹ ਵੀ ਦੀਵਾਨ 'ਚ ਜ਼ਿਕਰ ਕੀਤਾ ਸੀ, ਜਦੋਂ ਪਹਿਲੀ ਦਫ਼ਾ ਬੰਦਾ ਸਿੰਘ ਬਹਾਦਰ ਗਿਆ ਨਾ ਹਰਿਮੰਦਰ ਸਾਹਿਬ, ਜਿੱਤ ਪ੍ਰਾਪਤ ਕਰਕੇ, ਬਦਲਾ ਲੈ ਕੇ ਸਾਹਿਬਜ਼ਾਦਿਆਂ ਦਾ ਰਾਜ ਭਾਗ ਕਾਇਮ ਕਰਕੇ, ਉਦੋਂ ਅਕਾਲ ਤਖ਼ਤ ਸਾਹਿਬ 'ਤੇ ਆਪਣੇ ਆਪ ਸਿੱਖਾਂ ਦੀ ਜਿਹੜੀ ਗਿਣਤੀ ਸੀ ਉਹ 800 ਤੋਂ 900,000 ਰੋਜ਼ ਦੀ ਸੀ, ਅੰਮ੍ਰਿਤ ਪਾਨ ਕਰਨ ਵਾਲਿਆਂ ਦੀ। ਇਹ ਸੀ ਉਤਸ਼ਾਹ ਜਦੋਂ ਬੰਦਾ ਸਿੰਘ ਬਹਾਦਰ ਰਾਜ ਕਰਨ ਸਥਾਪਿਤ ਕੀਤਾ, ਉਦੋਂ ਆਪਣੇ ਆਪ ਜਿਹੜੇ ਸਿੰਘ ਸੱਜਦੇ ਸੀ। ਅੱਜ ਦੇਖੋ ਕਿੰਨੀਆਂ ਸਹੂਲਤਾਂ, ਕਿੰਨੇ ਤਰਲੇ ਕਰਕੇ ਕਿਹੜਾ ਅੰਮ੍ਰਿਤ ਪਾਨ ਕਰੋ, ਅੰਮ੍ਰਿਤ ਪਾਨ ਕਰੋ। ਉਦੋਂ ਆਪਣੇ ਆਪ ਆਉਂਦੇ ਸੀ, ਤਲਵਾਰ ਨਾਲ ਲੈ ਕੇ ਆਉਂਦੇ ਸੀ। ਅੱਜ ਜੇ ਕੋਈ ਆਉਂਦਾ ਤਾਂ ਪਹਿਲਾਂ ਕਹਿੰਦੇ ਕਕਾਰ ਦਿਓਗੇ ਨਾਲ, ਉੱਥੇ ਸੀਸ ਲੈ ਕੇ ਜਿਹੜੀ ਦਾਤ ਦਿੱਤੀ। ਪੰਜ ਪਿਆਰਿਆਂ ਦੀ ਹਿੰਮਤ ਦੇਖੋ ਤੁਸੀਂ, ਜਦੋਂ ਗੁਰੂ ਸਾਹਿਬ ਨੇ ਪੰਜ ਸਿੰਘ ਸਜਾ ਲਏ ਅਤੇ ਕਿਹਾ ਦਾਸ ਨੂੰ ਵੀ ਸਿੰਘ ਕਰੋ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾਗਤੀ ਦੇ ਕੇ ਗਏ ਸੀ ਗੁਰੂ ਤੇਗ ਬਹਾਦਰ ਸਾਹਿਬ, ਉਹ ਗੁਰੂ ਸਨ। ਪਰ ਉਹਨਾਂ ਕਿਹਾ ਨਾ, ਇਹ ਸਿੰਘ ਸੰਸਕ੍ਰਿਤੀ ਦੇ ਵਿੱਚ ਜਨਮ ਜ਼ਰੂਰੀ। ਤੋ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਕਿਹਾ ਹੁਣ ਉਸ ਦਾਸ ਨੂੰ ਵੀ ਸਿੰਘ ਕਰੋ। ਉਸ ਸਮੇਂ ਪੰਜਾਂ ਪਿਆਰਿਆਂ ਨੇ ਕਿਹਾ ਜਿਹੜੀ ਦਾਤ ਅਸੀਂ ਸੀਸ ਦੇ ਕੇ ਲਈ, ਤੁਸੀਂ ਕੀ ਲੈ ਕੇ ਆਏ ਹੋ? ਅਸੀਂ ਸੀਸ ਲੈ ਕੇ ਆਏ ਇਹ ਦਾਤ ਲਈ, ਤੁਸੀਂ ਕੀ ਲੈ ਆਏ ਹੋ? ਤੋ ਗੁਰੂ ਸਾਹਿਬ ਦਾ ਹੁਕਮ ਸੀ ਕਿ ਮੈਂ ਸਰਬੰਸ ਦੇਵਾਂਗਾ, ਇਕੱਲਾ ਸੀਸ ਨਹੀਂ ਸਰਬੰਸ ਦੇਵਾਂਗਾ। ਅਤੇ ਦਿੱਤਾ ਉਹ ਦਾਤ ਜਿਹੜੀ ਆ, ਉਹ ਅਕਾਲ ਤਖ਼ਤ 'ਤੇ ਆਪਣੇ ਆਪ 800-900 ਰੋਜ਼ ਸਿੱਖ ਆਉਂਦਾ ਸੀ ਜਦੋਂ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਹੋਇਆ। ਤੋ ਉਸ ਸਮੇਂ ਇਤਿਹਾਸਕਾਰ ਲਿਖਦਾ ਕਿ ਸ਼ਸਤਰ ਬਸਤਰ ਪਹਿਨ ਕੇ ਕਲਗੀ ਜਗ੍ਹਾ ਸਜਾਏ, ਨਮਸਕਾਰ ਦਰਬਾਰ ਮੇਂ ਕਿੰਨੀ ਬੰਦੇ ਜਾਏ।
ਬੰਦੇ ਕਾ ਪ੍ਰਤਾਪ ਪਿਖ ਔਰ ਦਬਦਬਾ ਸਾਜ ਸਭ ਖਲਕਤ ਯੂੰ ਹੀ ਕਹੇ ਅਬ ਹੈ ਸਿੰਘਨ ਰਾਜ। ਕੋਈ ਸਿੰਘਾਂ ਦੀ ਗੱਲ ਹੋਵੇ, ਸਿੰਘਾਂ ਦੀ ਕੋਈ ਚਰਚਾ ਹੋਵੇ ਅਤੇ ਉਹਦੇ ਵਿੱਚ ਉਤਸ਼ਾਹ ਨਾ ਆਵੇ, ਉਹ 'ਚ ਜੀਵਨ ਨਾ ਮਿਲੇ, ਉਹ 'ਚ ਮੁਰਦਿਆਂ 'ਚ ਜਾਨ ਨਾ ਪਵੇ, ਕਿਵੇਂ ਹੋ ਸਕਦਾ? ਤੋ ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ, ਜਿੰਨੇ ਸਿੰਘ ਅੰਮ੍ਰਿਤ ਛਕਣ ਲਈ ਤਿਆਰ ਹੋਏ ਨੇ, ਪਰਮਾਤਮਾ ਆਪਣੇ ਚਰਨਾਂ ਨਾਲ ਲਾ ਕੇ ਰੱਖੇ, ਇਹਨਾਂ ਨੂੰ ਸੁਰਤ ਅਤੇ ਸ਼ਬਦ ਦਾ ਸੰਯੋਗ ਬਖਸ਼ੇ। ਸਾਡੀ ਜ਼ਿੰਦਗੀ ਦਾ ਸਰਮਾਇਆ ਸੁਰਤ ਆ, ਜਿਹੜੀ ਸੁਰਤ ਸ਼ਬਦ ਦੇ ਨਾਲ ਮਿਲ ਗਈ, ਦੋਹ ਮਿਲ ਕਾਰਜ ਉਪਜੇ ਰਾਮ ਨਾਮ ਸੰਯੋਗ। ਜਦੋਂ ਸਿੱਖ ਦੀ ਸੁਰਤ ਅਤੇ ਗੁਰੂ ਦਾ ਸ਼ਬਦ ਮਿਲਦੇ ਨੇ, ਉਦੋਂ ਇਹ ਪਰਮਾਤਮਾ ਦੇ ਦਰ ਤੋਂ ਮਿਲੀ ਆਈ ਆਤਮਾ ਅਤੇ ਪਰਮਾਤਮਾ ਦਾ ਸੰਯੋਗ ਬਣਦਾ। ਉਦੋਂ ਇਹ ਆਤਮਾ ਅਕਾਲ ਪੁਰਖ ਸੱਚੇ ਵਾਹਿਗੁਰੂ ਨਾਲ ਲਾਵਾਂ ਲੈਂਦੀ। ਇਹ ਪ੍ਰਾਪਤੀ ਹੈ ਮਨੁੱਖਾ ਜਨਮ ਦੀ। ਜੇ ਸੁਰਤ ਅਵਾਰਾ ਰਹੀ, ਮਨੁੱਖ ਉਹਦੇ ਸੁੱਖ ਭੋਗਦਾ ਰਿਹਾ, ਅੱਖਾਂ ਖੋਲ੍ਹ ਕੇ ਸੁਪਨੇ ਲੈਂਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਇੱਕ ਅਵਸਥਾ ਬਿਆਨ ਕੀਤੀ ਹੈ, ਅਕਾਲ ਪੁਰਖ ਸੱਚੇ ਵਾਹਿਗੁਰੂ ਨੂੰ ਅਰਦਾਸ ਕਰਦੇ ਨੇ, ਅਕਾਲ ਪੁਰਖ ਸੱਚੇ ਵਾਹਿਗੁਰੂ ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ਇਹ ਫਾਰਸੀ ਦੇ ਲਫਜ਼ ਹਨ, ਗੁਰਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਨ ਏਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ। ਸੱਚੇ ਪਾਤਸ਼ਾਹ ਇਹਨੂੰ ਜੇ ਅਸੀਂ ਟਰਾਂਸਲੇਸ਼ਨ ਕਰੀਏ ਪੰਜਾਬੀ 'ਚ, ਅਤੇ ਇਹਦੇ ਅਰਥ ਬਣਦੇ ਨੇ ਕਿ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦਾ ਇਹ ਹਾਲ ਹੈ ਕਿ ਮੈਨੂੰ ਕਦੀ ਨੇਕੀ ਦਾ ਫੁਰਨਾ ਹੀ ਨਹੀਂ ਫੁਰਿਆ। ਸਭ ਰੋਜ਼ ਦਸਤਮ ਗਸਤਮ ਦਰ ਹਵਾ, ਸਭ ਤੋਂ ਭਾਵ ਰਾਤ, ਰੋਜ਼ ਤੋਂ ਭਾਵ ਦਿਨ, ਦਿਨ ਅਤੇ ਰਾਤ ਮੇਰੇ ਬਦੀ ਦੇ ਖਿਆਲਾਂ ਵਿੱਚ ਨਿਕਲਦੇ ਜਾ ਰਹੇ ਨੇ। ਮੇਰੀ ਉਮਰ ਅਜਾਈਂ ਬੀਤਦੀ ਜਾ ਰਹੀ, ਮੇਰੀ ਸੁਰਤ ਅਵਾਰਾ ਹੋਈ ਫਿਰਦੀ ਹੈ। ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ, ਬਦੀ ਦੇ ਖਿਆਲਾਂ 'ਚ ਬੀਤਦੀ ਜਾ ਰਹੀ ਹੈ। ਗਾਹੇ ਨਾ ਨੇਕੀ ਕਾਰ ਕਰਦਮ, ਮੈਂ ਕਦੀ ਮੈਨੂੰ ਨੇਕੀ ਦਾ ਫੁਰਨਾ ਨਹੀਂ ਫੁਰਿਆ। ਮਮ ਈ ਚਿਨੀ ਅਹਿਵਾਲ, ਮੇਰੀ ਜ਼ਿੰਦਗੀ ਦਾ ਇਹ ਹਾਲ ਹੈ। ਬਦ ਬਖਤ ਬਖੀਲ ਹਮ 'ਚ ਗਾਫਲ, ਬੇਨਜ਼ਰ ਬੇਬਾਕ, ਨਾਨਕ ਬਗੋਇਤ ਜੰਤੁਰਾ ਤੇਰੇ ਚਾਕਰਾਂ ਪਾ ਖਾਕ। ਸੱਚੇ ਪਾਤਸ਼ਾਹ ਆਪਣੇ ਚਰਨ ਸੇਵਕਾਂ ਦੀ ਚਰਨ ਧੂੜ ਬਖਸ਼, ਮੇਰਾ ਜੀਵਨ ਸੌਰ ਜਾਵੇ, ਮੈਂ ਤੇਰੇ ਦਰ 'ਤੇ ਪ੍ਰਵਾਨ ਹੋਵਾਂ। ਸਾਨੂੰ ਪਰਮਾਤਮਾ ਨੇ 84 ਲੱਖ ਜੂਨਾਂ 'ਚੋਂ ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ 'ਤੇ ਸਾਡੀ ਸਰਦਾਰੀ ਮਨੁੱਖਾ ਦੇਹੀ ਦੀ, ਮਨੁੱਖਾ ਦੇਹੀ ਦੇ ਵਿੱਚੋਂ ਗੁਰੂ ਨਾਨਕ ਸਾਨੂੰ ਮਿਲਿਆ, ਗੁਰੂ ਜਿਸ ਨੇ ਜਿਉਂਦੇ ਜੀ ਸਾਨੂੰ ਮੁਕਤੀ ਦਿੱਤੀ, ਜਿਸ ਦੇ ਦਰ 'ਤੇ ਜਦੋਂ ਫੌਜ ਤਿਆਰ ਹੁੰਦੀ ਸੀ ਲੜਨ ਲਈ, ਇੱਕ ਪਾਸੇ 6-7 ਹਜ਼ਾਰ ਹੁੰਦੇ ਸੀ, ਇੱਕ ਪਾਸੇ 80 ਹਜ਼ਾਰ। ਉਦੋਂ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਸੀ ਸਿੱਖਾਂ ਨੂੰ, ਇੱਕ ਟਾਈਮ, ਇੱਕ ਦਾਣਾ ਪਾਣੀ, ਇੱਕ ਥਾਂ, ਇਹ ਜਦੋਂ ਤਿੰਨੇ ਇਕੱਠੇ ਹੁੰਦੇ ਨੇ। ਦੇਸ਼ ਕਾਲ ਵਸਤੂ ਮਿਲ ਤੀਨ, ਦੇਸ਼ ਭਾਵ ਜਗ੍ਹਾ, ਵਸਤੂ ਦਾਣਾ ਪਾਣੀ, ਕਾਲ ਸਮਾਂ। ਦੇਸ਼ ਕਾਲ ਵਸਤੂ ਮਿਲ ਤੀਨ ਤਬ ਹੈ ਕਾਇਆ ਪ੍ਰਾਮ ਮਹੀਨ। ਜਦੋਂ ਇਹ ਤਿੰਨ ਚੀਜ਼ਾਂ ਇਕੱਠੀਆਂ ਹੋਣਗੀਆਂ, ਉਦੋਂ ਤੇਰੀ ਦੇਹ ਪ੍ਰਾਣਾਂ ਤੋਂ ਬਿਨਾਂ ਹੋ ਸਕਦੀ ਹੈ, ਨਹੀਂ ਤਾਂ ਨਿਸਲ ਹੋ ਕੇ ਟੰਗ 'ਤੇ ਟੰਗ ਧਰ ਕੇ ਸੌਂ, ਤੇਰਾ
ਰਖਵਾਲਾ, ਤੇਰੀ ਜਿੰਦ ਦਾ ਰਖਵਾਲਾ ਅਕਾਲ ਪੁਰਖ ਸੱਚਾ ਵਾਹਿਗੁਰੂ ਆਪ। ਅਤੇ ਜਦੋਂ ਆਈ ਰਣ ਦੇ ਵਿੱਚ, ਫਿਰ ਤੁਸੀਂ ਜਦੋਂ ਇਹ ਅਸਲੀਅਤ ਆ ਤਾਂ ਫਿਰ ਅਲਪ ਕੇ ਬਹੁਤੇ ਨਹਿ ਵਿਚਰੇ, ਇਹ ਬਹੁਤੇ ਹੋਣਗੇ ਅੱਗੇ ਕਿ ਥੋੜ੍ਹੇ ਨੇ, ਇਹ ਨਾ ਵਿਚਾਰੋ। ਸੂਰ ਨਿਸੰਸੇ ਸਵਰਗ ਸਦਾਵੇ, ਜਿਹੜਾ ਸੂਰਮਾ ਉਹ ਨਿਰਸੰਸੇ ਪਰਮਾਤਮਾ ਦੇ ਦਰ 'ਤੇ ਜਾਂਦਾ ਜਦੋਂ ਸ਼ਹੀਦ ਹੋ ਜਾਂਦਾ। ਅਤੇ ਰੁਤਬੇ ਕਦੀ ਯੋਗੀ ਅੱਲਾ ਯਾਰ ਖਾਂ ਲਿਖਦਾ, ਚਮਕੌਰ ਦੀ ਗੜੀ ਵਾਸਤੇ ਯੇ ਵੋ ਜਾ ਹੈ ਜਹਾਂ 40 ਤਨ ਸ਼ਹੀਦ ਹੋਏ, ਖਿਤਾਬੇ ਸਰਵਰੀ ਸਿੰਘੋਂ ਨੇ ਸਿਰ ਕਟਾ ਕੇ ਲੀਏ, ਦਲਾਈ ਕੌਮ ਕੋ ਸਰਬਾਜੀਓ ਨੇ ਸਰਦਾਰੀ, ਬਰਾਏ ਕੌਮ ਯੇ ਰੁਤਬੇ ਲਹੂ ਬਹਾ ਕੇ ਲੀਏ। ਸਿੱਖਾਂ ਨੇ ਇਹ ਸਰਦਾਰੀਆਂ ਲਈਆਂ ਅਤੇ ਰੁਤਬੇ ਲਏ ਅਤੇ ਲਹੂ ਬਹਾ ਕੇ ਲੈ, ਕੁਛ ਆਪਣਾ ਗਵਾ ਕੇ ਲੈ, ਅਣਖ ਨਾਲ ਸਵੇ ਮਾਨ ਨਾਲ ਜ਼ਿੰਦਗੀ ਜਿਉਂਦੀ, ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ਸਿਧਾਂਤ ਦਿੱਤਾ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿ ਸਿਖਾਏ। ਸੋ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਇਸ ਮਿਸ਼ਨ ਦੇ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ। ਅਸੀਂ ਡੇਢ ਕੁ ਸਾਲ ਤੋਂ, ਮੈਂ 20 ਸਾਲ ਦਾ ਤਜਰਬਾ ਜਿਹੜਾ ਸੀ ਉਹਦੇ ਤੋਂ ਸਬਕ ਸਿੱਖ ਕੇ, ਕਿਉਂਕਿ ਅਸੀਂ ਜਦੋਂ ਉੱਥੇ ਐਂਟੀ ਬਾਦਲ ਸਿੱਖ ਇਕੱਠੇ ਕਰਦੇ ਹਾਂ ਤਾਂ ਉਹਨਾਂ ਦੇ ਧੜਿਆਂ ਦੀ ਏਕਤਾ ਨਹੀਂ ਹੁੰਦੀ, ਉਹ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਇੱਕ ਸੰਤ ਜਰਨੈਲ ਸਿੰਘ ਨੂੰ ਆਪਣਾ ਲੀਡਰ ਮੰਨਦੇ ਨੇ, ਅਤੇ ਫਿਰ ਚਾਰ ਚਾਰ ਚੁੱਲ੍ਹੇ ਵੱਖਰੇ ਬਾਲੀ ਬੈਠੇ ਨੇ, ਚਾਰ ਚਾਰ ਚੁੱਲ੍ਹੇ, ਚਾਰ ਚਾਰ ਬੈਨਰ ਲਾ ਕੇ ਵੱਖਰੇ ਖਾਲਿਸਤਾਨ ਦੇ, ਅਤੇ ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਦੁਕਾਨਾਂ ਖੋਲ੍ਹੀਆਂ ਨੇ। ਉਹ ਇੱਕ ਹੋਣ ਨੂੰ ਤਿਆਰ ਨਹੀਂ, ਪ੍ਰਾਪਤੀ ਕੁਛ ਨਹੀਂ, ਦਿਸਦਾ ਵੀ ਕੁਛ ਨਹੀਂ, ਪਰ ਹਉਮੈ ਨਹੀਂ ਛੱਡਦੇ। ਅਤੇ ਜਦੋਂ ਅਸੀਂ ਉਹਨਾਂ ਨੂੰ ਇੱਕ ਕਰਦੇ ਹਾਂ, ਅਤੇ ਤਿੰਨ ਵਾਰੀ ਕੀਤਾ 20 ਸਾਲਾਂ 'ਚ, ਤਾਂ ਉਸ ਸਮੇਂ ਕੀ ਨਜ਼ਰ ਆਉਂਦਾ ਕਿ ਪਹਿਲਾਂ ਤਾਂ ਬੜੀ ਚਲਾਕੀ ਨਾਲ ਸਰਕਾਰ ਇਲੈਕਸ਼ਨ 23 ਕੁ ਦਿਨ ਦਿੰਦੀ, 22-23 ਦਿਨ, ਅਤੇ ਐਲਾਨ ਕਰਦੇ ਜੀ ਇਸ ਦਿਨ ਵੋਟਾਂ ਹੋਣਗੀਆਂ ਪ੍ਰਬੰਧਕ ਕਮੇਟੀ ਦੀ ਖਾਸ ਕਰਕੇ। ਅਤੇ ਜਦੋਂ ਅਸੀਂ ਉਸ ਦਿਨ ਤੱਕ ਤਾਂ ਇੱਕ ਦੂਸਰੇ ਦਾ ਮੂੰਹ ਨਹੀਂ ਦੇਖਦੇ ਅਤੇ ਨਾ ਦੇਖਣਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਹੱਥ ਪੈਰ ਮਾਰ ਕੇ ਇਕੱਠਿਆਂ ਕਰਦੇ ਹਾਂ, ਹਫ਼ਤੇ ਦੇ ਵਿੱਚ ਇਕੱਠਿਆਂ ਕਰਦੇ ਹਾਂ, ਅਤੇ ਹਫ਼ਤਾ ਲੱਗ ਜਾਂਦਾ ਸਾਨੂੰ ਟਿਕਟਾਂ ਵੰਡਣ ਲੱਗ ਪਏ। ਟਿਕਟਾਂ ਵੀ ਜੇ 6 ਗਰੁੱਪ ਇਕੱਠੇ ਹੋਏ, 7 ਗੁੱਟ ਇਕੱਠੇ ਹੋਏ, ਅਤੇ 7 ਦੇ ਕਿੰਨੇ ਕਿੰਨੇ ਕੋਟੇ ਆ ਉਹਨਾਂ ਨੂੰ ਵੰਡਣ ਲਈ ਸਾਨੂੰ ਹਫ਼ਤਾ ਲੱਗ ਜਾਂਦਾ, ਵੰਡੇ ਫਿਰ ਨਹੀਂ ਜਾਂਦੇ। ਪਰ ਜਿੱਦਾਂ ਕਿਵੇਂ ਵੰਡ ਲੈਂਦੇ ਹਾਂ, ਉਹ ਫਿਰ ਆਪਣੇ ਆਪਣੇ ਉਮੀਦਵਾਰ ਅੱਗੇ ਉਤਾਰਦੇ ਆ, ਅਤੇ ਦੂਸਰੇ ਉਮੀਦਵਾਰ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਹੁੰਦੀ ਉਹ ਉਹਨਾਂ ਦਾ ਵਿਰੋਧ ਕਰਦੇ ਆ। ਅਤੇ ਸਾਡੇ ਕਿਸੇ ਵੀ ਦਲ ਕੋਲ ਕੈਂਡੀਡੇਟ ਦੇ ਇਲਾਵਾ ਰੰਗ ਰੂਟ ਹੈ ਨਹੀਂ, ਸੇਵਾਦਾਰ ਹੈ ਨਹੀਂ, ਮੈਂਬਰ ਹੈ ਨਹੀਂ ਪਾਰਟੀ ਦਾ, ਸਾਡੀ ਕੋਈ ਬੂਥ 'ਤੇ ਬਾਂਹ ਫੜਨ ਵਾਲਾ ਨਹੀਂ ਹੁੰਦਾ। ਗੁਰਸਿੱਖ ਆਪਣੇ ਪਿਆਰ ਦੇ ਵਿੱਚ ਆ ਕੇ ਜਦੋਂ ਫਰਜ਼ ਸਮਝ ਕੇ ਆਪਣੇ ਆਪ ਵੋਟ ਪਾ ਜਾਂਦੇ, ਜਿੰਨੇ ਕੁ ਪਾ ਜਾਂਦੇ ਨੇ, ਅਤੇ ਬਾਕੀ ਮੈਦਾਨ ਖੁੱਲ੍ਹਾ ਹੁੰਦਾ, ਸਾਡੇ ਬੂਥ 'ਤੇ ਕੋਈ ਮੈਂਬਰ ਨਹੀਂ ਬੈਠਣ ਨੂੰ ਹੁੰਦਾ, ਏਜੰਟ ਨਹੀਂ ਹੁੰਦਾ, ਪਰ ਉਹ ਆਪਣੇ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਵਰਕਰ ਨੇ ਉਹ ਜਾਲੀ ਵੋਟਾਂ ਪਾ ਕੇ ਆਪਣੇ ਬਕਸੇ ਭਰ ਲੈਂਦੇ, ਅਸੀਂ ਹਾਰ ਜਾਂਦੇ। ਪਰ ਇਹ ਏਕਤਾ ਜਿਹੜੀ ਹੈ ਨਾ, ਸਿਰੇ ਨਹੀਂ ਚੜ੍ਹੀ ਅਤੇ ਨਾ ਅੱਜ ਚੜ੍ਹ ਰਹੀ ਹੈ। ਅੱਜ ਵੀ ਲੋਕ ਪਾਰਟੀ ਬਣਾ ਕੇ ਤੁਰਦੇ ਨੇ, ਇਕੱਠ ਬਣਾਉਂਦੇ ਨੇ ਕਿ ਸਾਡੇ ਪਿੱਛੇ ਲੋਕ ਆਉਣ, ਪਰ ਅੱਜ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਕਿਹਾ ਕਿ ਚਲੋ ਲੱਖਾਂ ਦਾ ਇਕੱਠ ਤੁਹਾਡੇ ਮਗਰ, ਕਰੋ ਕੀ ਕਰਦੇ ਹੋ, ਪਰ ਫਿਰ ਇਕੱਠੇ ਨਹੀਂ ਹੋ ਸਕਦੇ। ਇਕੱਠੀ ਕੌਮ ਇਕੱਠੀ ਆ, ਕੌਮ ਮਰਨ ਡਈ ਆ, ਲੇਕਿਨ ਜਿਹੜੇ 5-7 ਲੀਡਰ ਉਹ ਨਹੀਂ ਬੈਠਣ ਨੂੰ ਤਿਆਰ,
ਉਹ ਮੈਂ ਨਾ ਮਨ ਵਾਲੀ ਰੱਟ ਲਾਈ ਫਿਰਦੇ ਨੇ। ਤੋ ਸਾਡੇ ਕੋਲ ਇੱਕੋ ਹੀ ਰਸਤਾ ਕਿ ਅਸੀਂ ਪਿੰਡਾਂ 'ਚ ਜਾ ਕੇ ਅਤੇ ਇੱਕ ਹਲਕੇ ਨੂੰ ਆਧਾਰ ਮੰਨ ਕੇ ਉਹਦੇ ਵਿੱਚ ਵਰਕਰ ਬਣਾਏ ਗਏ ਆਪਣੇ, ਅਤੇ ਅਸੀਂ ਪੰਥਕ ਅਕਾਲੀ ਲਹਿਰ ਧਾਰਮਿਕ ਪਾਰਟੀ ਬਣਾ ਕੇ ਰਜਿਸਟਰੇਸ਼ਨ ਕਰਾ ਕੇ ਅਤੇ ਪਿੰਡਾਂ 'ਚ ਅਸੀਂ ਜਾ ਰਹੇ ਹਾਂ ਕਿ ਸਾਡੇ ਵਰਕਰ ਬਣੋ। ਉਹ ਵਰਕਰ ਬਣ ਰਹੇ ਨੇ ਉਤਸ਼ਾਹ ਨਾਲ, ਅਤੇ ਅਸੀਂ ਵਰਕਰਾਂ ਨੂੰ ਇਹ ਤਾਕਤ ਦੇਵਾਂਗੇ ਕਿ ਤੁਸੀਂ ਆਪਣੇ ਹਲਕੇ ਦੀ ਜਿਹੜੀ ਸੀਟ ਆ ਉਹ ਕਿਹਨੂੰ ਦੇਣੀ ਹੈ ਤੁਸੀਂ ਤੈਅ ਕਰੋ, ਕਿਉਂਕਿ ਵੋਟਾਂ ਤੁਸੀਂ ਪਾਉਣੀਆਂ। ਜਦੋਂ ਵੋਟ ਤੁਸੀਂ ਪਾਉਣੀ ਆ, ਜਿਤਾਉਣਾ ਤੁਸੀਂ ਆ, ਜਿਹਨੂੰ ਤੁਸੀਂ ਚਾਹੋਗੇ ਉਹਨੂੰ ਜਿਤਾਓਗੇ, ਫਿਰ ਤੁਸੀਂ ਲੀਡਰ ਵੀ ਤੁਸੀਂ ਦਿਓ, ਪਲੇਟਫਾਰਮ ਅਸੀਂ ਦੇਵਾਂਗੇ, ਪ੍ਰਚਾਰ ਅਸੀਂ ਕਰਾਂਗੇ, ਟਿਕਟ ਅਸੀਂ ਦੇਵਾਂਗੇ, ਪਰ ਲੀਡਰ ਤੁਸੀਂ ਦਿਓ। ਤੋ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਪਏ ਹਾਂ, ਅਤੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਨਾਲ ਜੁੜ ਰਹੇ ਨੇ ਸਿੱਖ। ਜਿਹੜੇ ਪਿੰਡ ਜਾਂਦੇ 250-250 ਸਿੱਖ ਆਵਾਜ਼ ਮਾਰਨ 'ਤੇ ਆਉਂਦਾ ਹੈ, ਅਤੇ ਉਹ ਸਾਡੀ ਗੱਲ ਸੁਣਦਾ, ਸਾਡਾ ਮੈਂਬਰ ਬਣਦਾ। ਤੋ ਸਾਨੂੰ ਤਕਰੀਬਨ ਇਹ ਤੁਰਿਆਂ ਨੂੰ ਸਾਲ ਤੋਂ ਉੱਤੇ ਹੋ ਗਿਆ, ਪਰ ਅਸੀਂ ਪਿੰਡੋ ਪਿੰਡੀ ਜਿਹੜਾ ਜਾਣਾ ਸ਼ੁਰੂ ਕੀਤਾ ਉਹ 6 ਮਹੀਨੇ ਅਜੇ ਨਹੀਂ ਹੋਏ, ਤੋ ਉਹ ਕਾਫੀ ਰਿਜ਼ਲਟ ਚੰਗਾ ਆ ਰਿਹਾ। ਅਤੇ ਤੁਸੀਂ ਸਾਨੂੰ ਬਾਹਰ ਬੈਠੇ ਸਿੱਖ ਸਹਿਯੋਗ ਕਰੋ, ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ। ਤੁਸੀਂ ਪਿੰਡਾਂ 'ਚ ਤੁਸੀਂ ਪ੍ਰੋਗਰਾਮ ਕਰਾਉਂਦੇ ਹੋ, ਹੁਣ ਬਾਹਰ ਦੇ ਸਿੱਖਾਂ ਨੇ ਕਾਫੀ ਇਹ ਸਹਿਯੋਗ ਕੀਤਾ ਕਿ ਜਿਹੜੇ ਪਿੰਡਾਂ 'ਚੋਂ ਜਾ ਕੇ ਕੀਰਤਨ ਦਰਬਾਰ ਕਰਾਉਂਦੇ ਆ ਜਾਂ ਪ੍ਰੋਗਰਾਮ ਕਰਾਉਂਦੇ ਧਾਰਮਿਕ, ਅਤੇ ਉਹਦੇ ਵਿੱਚ ਸਾਨੂੰ ਉਹ ਸਹਿਯੋਗ ਦੇ ਰਹੇ ਨੇ, ਅਤੇ ਉਹ ਆਪ ਵੀ ਸਾਰਿਆਂ ਨੂੰ ਪ੍ਰੇਰਦੇ ਨੇ ਕਿ ਇਹਨਾਂ ਦੇ ਨਾਲ ਜੁੜ ਕੇ ਇਹਨਾਂ ਦੇ ਵਰਕਰ ਬਣੋ ਅਤੇ ਕਮੇਟੀ ਜਿੱਤੋ। ਤੋ ਜਦੋਂ ਤੁਸੀਂ ਇੱਕ ਇਲਾਕੇ ਦੇ ਵੋਟਰਾਂ 'ਤੇ ਮੈਂਬਰਾਂ 'ਤੇ ਗੱਲ ਸੁੱਟਦੇ ਹੋ ਕਿ ਤੁਸੀਂ ਆਪਣਾ ਲੀਡਰ ਦਿਓ, ਕਿਉਂਕਿ ਤੁਸੀਂ ਵਿੱਚ ਵਿਚਰਦੇ ਹੋ ਲੋਕਾਂ 'ਚ, ਤੁਸੀਂ ਸਾਨੂੰ ਇਮਾਨਦਾਰ ਬੰਦਾ ਦੇ ਸਕਦੇ, ਅਸੀਂ ਨਹੀਂ ਉਹਨੂੰ ਪਛਾਣ ਸਕਦੇ। ਉਹ ਦੇਣਗੇ ਅਤੇ ਜਿਤਾਉਣਗੇ ਵੀ, ਜਿਹੜਾ ਜਿੱਤੂਗਾ ਗੁਰੂ ਰਾਮਦਾਸ ਦੇ ਦਰ ਦਾ ਸੇਵਕ ਬਣ ਕੇ ਜਾਵੇ, ਧੜਾ ਨਾ ਬਣੇ। ਤੋ ਹਮਰਾ ਧੜਾ ਹਰ ਰਿਹਾ ਸਮਾਈ, ਤੋ ਅਸੀਂ ਇਸ ਤਰ੍ਹਾਂ ਦਾ ਕਾਰਜ ਜਿਹੜਾ ਉਹ ਲੰਬੇ ਸਮੇਂ ਤੋਂ ਕਰਦੇ ਜਾ ਰਹੇ ਹਾਂ ਅਤੇ ਅਗਾਂਹ ਵੀ ਕਰ ਰਹੇ ਹਾਂ, ਅਤੇ ਕੋਸ਼ਿਸ਼ ਕਰਾਂਗੇ। ਅਤੇ ਤੁਹਾਡੇ ਤੋਂ ਅਸੀਂ ਆਸ ਰੱਖਦੇ ਹਾਂ, ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਤੋਂ, ਕਿ ਆਪਣੇ ਹਰੇਕ ਭੈਣ ਭਰਾ ਪਿਤਾ ਨੂੰ ਪੁੱਤਰ ਨੂੰ ਇੱਕ ਹਦਾਇਤ ਦਿਓ ਕਿ ਬਾਦਲ ਦਾ ਸਾਥ ਨਹੀਂ ਦੇਣਾ। ਸਾਡੀ ਟੀਮ ਜਿਸ ਤਰ੍ਹਾਂ ਦੀ ਬਣੇ ਉਹਦਾ ਸਹਿਯੋਗ ਕਰੋ, ਅਸੀਂ ਅਕਾਲ ਤਖ਼ਤ ਨੂੰ ਆਜ਼ਾਦ ਕਰਵਾ ਪਾਈਏ, ਅਸੀਂ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਕੇ ਉਹਦੀ ਗੋਰਖ ਦਾ ਕਰੋੜਾਂ ਰੁਪਈਆ ਵੇਸਟ ਹੋ ਰਿਹਾ ਉਹ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਐਜੂਕੇਸ਼ਨ 'ਤੇ ਲਾ ਸਕੀਏ। ਅਸੀਂ ਗੁਰੂ ਘਰ ਦੇ ਜਿਹੜੇ ਹੋਸਪਿਟਲ ਨੇ ਉਹਨਾਂ ਦੇ ਵਿੱਚ ਕਿਸੇ ਗਰੀਬ ਦਾ ਇਲਾਜ ਹੋ ਸਕੇ ਫਰੀ ਦੇ ਵਿੱਚ, ਇਹ ਇੰਤਜ਼ਾਮ ਕਰ ਸਕੀਏ। ਕੋਈ ਵਿਧਵਾ ਬੀਬੀ ਜਦੋਂ ਬਦਨਸੀਬੀ ਨੂੰ ਪਤੀ ਸਿਰ 'ਤੇ ਨਾ ਰਹੇ, ਤਾਂ ਉਸ ਸਮੇਂ ਉਹ ਕਿਸੇ ਵੀ ਨੇੜੇ ਦੇ ਗੁਰਦੁਆਰੇ 'ਚੋਂ ਰਾਸ਼ਨ ਲੈ ਸਕੇ, ਸਵੇ ਮਾਣ ਨਾਲ ਆਪਣੇ ਬੱਚੇ ਪਾਲ ਸਕੇ, ਇਹਨੂੰ ਯਕੀਨੀ ਬਣਾਈਏ। ਅੱਜ ਮੈਂ ਤੁਹਾਨੂੰ ਥੋੜ੍ਹੀ ਦੇਰ ਬੈਠ ਜਾਓ, 2 ਮਿੰਟ ਬੈਠ ਜਾਓ ਭਾਈ ਸਾਹਿਬ, 2 ਮਿੰਟ, ਬੜੀਆਂ ਜ਼ਰੂਰੀ ਗੱਲਾਂ ਨੇ, ਰੋਜ਼ ਰੋਜ਼ ਸਮਾਂ ਨਹੀਂ ਮਿਲਣਾ। ਮੈਂ ਤੁਹਾਨੂੰ 2 ਗੁਰਦੁਆਰਿਆਂ ਦੀ ਆਮਦਨ ਦੱਸਣੀ ਹੈ, ਬਾਕੀ ਅੰਦਾਜ਼ੇ ਤੁਹਾਨੂੰ ਆਪੇ ਲੱਗ ਜਾਣੇ। ਸਾਨੂੰ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਸਾਡਾ ਕਈ ਸਾਲਾਂ ਤੋਂ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਸਾਡਾ ਬਜਟ ਆ 1100 ਕਰੋੜ, 1100 ਕਰੋੜ ਸਾਡਾ ਬਜਟ ਆ, ਅਤੇ ਇਕੱਲਾ ਹਰਿਮੰਦਰ ਸਾਹਿਬ ਜਿਹੜਾ ਉਹਦੀ ਗੋਰਖ 1.25 ਕਰੋੜ ਦੀ ਰੋਜ਼ ਦੀ ਹੈ, ਇਕੱਲੇ ਹਰਿਮੰਦਰ ਸਾਹਿਬ ਦੀ। ਤੁਹਾਡੇ ਰਿਸ਼ਤੇਦਾਰ ਭਰਾ ਜਿਹੜੇ ਲੱਗੇ ਹੋਣਗੇ ਪ੍ਰਬੰਧਕ ਕਮੇਟੀ 'ਚ ਮੁਲਾਜ਼ਮ, ਉਹ ਤੁਹਾਨੂੰ ਦੱਸ ਸਕਦੇ ਆ, ਹਾਮੀ ਭਰ ਸਕਦੇ ਕਿ ਹਾਂ ਇਹ ਠੀਕ ਆ।
ਫਿਰ ਜਿਹੜਾ ਤੁਸੀਂ ਪ੍ਰਸ਼ਾਦ ਕਰਾਉਂਦੇ ਹੋ ਉਹਦੀ ਅਮਾਊਂਟ ਉਹਦੀ ਆਮਦਨ ਇਸ ਤੋਂ ਕਿਤੇ ਜ਼ਿਆਦਾ, ਕਿਉਂਕਿ ਪ੍ਰਸ਼ਾਦ ਤੁਸੀਂ ਕਰਾਉਂਦੇ 5100 ਦਾ, 3100 ਦਾ, 1100 ਦਾ, 2100 ਦਾ, ਅਤੇ ਮੱਥਾ ਆਪਾਂ ਟੇਕਦੇ ਹਾਂ 100 ਰੁਪਈਆ, 50 ਰੁਪਈਏ, 10 ਰੁਪਈਏ, 500 ਰੁਪਈਆ, ਤਾਂ ਕੜਾਹ ਪ੍ਰਸ਼ਾਦ ਦੀ ਆਮਦਨ ਹਮੇਸ਼ਾ ਜ਼ਿਆਦਾ ਹੁੰਦੀ ਹੈ, ਦਿੱਲੀ ਦੀ ਕਮੇਟੀ 'ਚ ਵੀ, ਇੱਥੇ ਵੀ। ਤੋ 1.25 ਕਰੋੜ ਦੀ ਆਪਾਂ ਲਾ ਲਈਏ ਕੜਾਹ ਪ੍ਰਸ਼ਾਦ ਦੀ ਆਮਦਨ, ਤੋ ਇਕੱਲੇ ਹਰਿਮੰਦਰ ਸਾਹਿਬ ਦਾ 2.5 ਕਰੋੜ ਹੋ ਗਿਆ ਰੋਜ਼ ਦਾ, ਅਤੇ 2.5 ਕਰੋੜ ਹੀ ਬਾਬਾ ਦੀਪ ਸਿੰਘ ਸ਼ਹੀਦ ਦਾ ਗੁਰਦੁਆਰਾ ਦੇ ਰਿਹਾ ਰੋਜ਼ ਦਾ ਪ੍ਰਸ਼ਾਦ ਅਤੇ ਗੋਲਕ, ਅਤੇ 2.5 ਤੇ 2.5 5 ਕਰੋੜ ਹੋ ਗਏ, ਅਤੇ 5 ਕਰੋੜ ਨੂੰ 12 ਨਾਲ ਗੁਣਾ ਕਰ ਲਓ 12 ਮਹੀਨਿਆਂ ਦਾ, ਅਤੇ 1800 ਕਰੋੜ ਬਣਦਾ। ਇਹ ਕਹਿੰਦੇ ਸਾਡਾ 1100 ਦਾ ਬਜਟ ਹੈ, ਤੋ 1800 ਕਰੋੜ ਦਾ ਜਿਹੜਾ ਬਜਟ ਬਣਦਾ ਇਹ 2 ਗੁਰਦੁਆਰਿਆਂ ਦਾ। ਇਹਦੇ ਬਾਹਰ 78 ਗੁਰਦੁਆਰੇ ਹੋਰ ਨੇ ਜਿਨ੍ਹਾਂ ਦੀ ਆਮਦਨੀ ਕਰੋੜਾਂ 'ਚ ਆ, ਹਰਿਮੰਦਰ ਸਾਹਿਬ ਜਿਹਨੇ ਨਹੀਂ, ਆਪਾਂ ਅੱਧੀ ਲਾ ਲਓ, ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਅਨੰਦਪੁਰ ਸਾਹਿਬ, ਬਾਬਾ ਫਤਿਹ ਸਿੰਘ ਜ਼ੋਰਾਵਰ ਸਿੰਘ ਦਾ ਸ਼ਹੀਦਗੰਜ, ਚਮਕੌਰ ਦੀ ਗੜੀ, ਇਹ ਕਰੋੜਾਂ 'ਚ ਆ, ਪਰ ਉਹਨਾਂ ਨੇ ਜਿੰਨਾ ਹਰਿਮੰਦਰ ਸਾਹਿਬ ਆ, ਪਰ 78 ਗੁਰਦੁਆਰੇ ਜਿਹੜੇ ਸਿੱਧੇ ਇਹਨਾਂ ਦੇ ਅੰਡਰ ਨੇ ਕਮੇਟੀ ਦੇ, ਉਹਨਾਂ ਦੀ ਗੋਲ ਕਿੱਥੇ ਜਾ ਰਹੀ? ਉਸ ਤੋਂ ਇਲਾਵਾ 20,000 ਏਕੜ ਜ਼ਮੀਨਾਂ ਨੇ ਜਿਹੜੀਆਂ ਵਾਹੀ ਯੋਗ ਜ਼ਮੀਨਾਂ ਨੇ, ਜੇ ਅਸੀਂ 45,000 ਨਹੀਂ, 40,000 ਨਹੀਂ, 25,000 ਠੇਕਾ ਲਾਈਏ ਤੇ 37 ਕਰੋੜ ਸਾਲਾਨਾ ਆਮਦਨ ਬਣਦੀ, ਉਹ ਕਿੱਥੇ ਜਾ ਰਹੀ ਹੈ? 80 ਗੁਰਦੁਆਰਿਆਂ ਤੋਂ ਇਲਾਵਾ 401 ਗੁਰਦੁਆਰਾ ਜਿਹੜਾ ਇਤਿਹਾਸਕ ਆ ਪਰ ਲੋਕਲ ਕਮੇਟੀਆਂ ਚਲਾ ਰਹੀਆਂ, ਤੇ ਲੋਕਲ ਕਮੇਟੀਆਂ ਐਕਟ ਅਨੁਸਾਰ ਇਹਨਾਂ ਇਹ ਪ੍ਰਬੰਧਕ ਕਮੇਟੀ ਨੂੰ ਆਪਣਾ ਦਸਵੰਧ ਦਿੰਦੀਆਂ ਨੇ ਕਮਾਈ ਦਾ, ਉਹ ਪੈਸਾ ਕਿੱਥੇ ਜਾ ਰਿਹਾ? ਮਾਰਕੀਟਾਂ ਦੇ ਕਿਰਾਏ ਕਿੱਥੇ ਜਾ ਰਹੇ? ਜਿਹੜੀ ਤੁਸੀਂ ਕਣਕ ਮਣਾਂ ਮੋਈ, ਟਰੱਕਾਂ ਦੇ ਟਰੱਕ ਕਣਕ ਜਦੋਂ ਫਸਲ ਆਉਂਦੀ ਆ, ਤੁਸੀਂ ਕੋਈ ਮਣ, ਕੋਈ ਕੁਇੰਟਲ, ਕੋਈ ਕਿੰਨੀ ਜਿੰਨੀ ਸੁੱਖ ਦਾ, ਸਿੱਖ ਪਿੰਡ ਸਾਡੀ ਫਸਲ ਚੰਗੀ ਹੋਵੇ, ਸੱਚੇ ਪਾਤਸ਼ਾਹ ਅਸੀਂ ਤੇਰੇ ਦਾ ਲੰਗਰ ਕਣਕ ਪਾਵਾਂਗੇ, ਉਹ ਜਦੋਂ ਕੋਈ ਵੀਰ ਟਰਾਲੀ ਲੈ ਕੇ, ਟਰੱਕ ਲੈ ਕੇ ਜਾਂਦਾ, ਸਾਰੇ ਉੱਥੇ ਚੜ੍ਹਾ ਕੇ ਆਉਂਦੇ ਹੋ ਹਰਿਮੰਦਰ ਸਾਹਿਬ, ਉਹ ਕਣਕ ਕਿੱਥੇ ਜਾਂਦੀ ਹੈ? ਕਿਸੇ ਬੀਬੀ ਵਿਧਵਾ ਨੂੰ ਆਟਾ ਨਹੀਂ ਮਿਲਦਾ, ਕਿਲੋ ਬੱਚੇ ਨੂੰ ਪ੍ਰਸ਼ਾਦਾ ਛਕਾ ਲਾ। ਸਾਡੀ ਬਾਰਡਰ ਬੈਲਟ ਦੇ ਵਿੱਚ ਈਸਾਈਆਂ ਦੇ ਸਕੂਲ ਨੇ, ਉਹ ਗਰੀਬ ਬੱਚਿਆਂ ਨੂੰ ਪੜ੍ਹਾਈ ਦੇ ਪੈਸੇ ਵੀ ਦਿੰਦੇ ਨੇ, ਕਿਤਾਬਾਂ ਵੀ ਦਿੰਦੇ ਨੇ, ਬੂਟ ਵੀ ਦਿੰਦੇ ਨੇ, ਕੱਪੜੇ ਵੀ ਦਿੰਦੇ ਨੇ, ਅਤੇ ਜੇ ਬਾਪ ਸਿਰ 'ਤੇ ਨਾ ਹੋਵੇ ਤਾਂ ਮਣ, 2 ਮਣ ਦਾ, 2 ਕੁਇੰਟਲ ਕਣਕ ਵੀ ਦਿੰਦੇ ਨੇ ਕਿ ਤੁਸੀਂ ਰੋਟੀ ਖਾ ਲਓ ਰੱਜ ਕੇ। ਸਾਡੀ ਢਿੱਡ ਪੀੜ ਹੁੰਦੀ ਹੈ ਕਿ ਈਸਾਈ ਕਿਉਂ ਕਰ ਰਹੇ, ਵੀ ਜੇ ਅਸੀਂ, ਸਾਡੀ ਢਿੱਡ ਪੀੜ ਹੁੰਦੀ ਹੈ, ਸਾਨੂੰ ਲੱਗਦਾ ਸਾਡਾ ਧਰਮ ਤਬਦੀਲ ਹੋ ਰਿਹਾ, ਅਤੇ ਤੁਸੀਂ ਕਿਉਂ ਨਹੀਂ ਦਿੰਦੇ, ਸਾਡੇ ਕੋਲ ਕੀ ਕਮੀ ਆ? ਆ 1.5 ਹਫ਼ਤਾ ਪਹਿਲਾਂ ਇੱਕ ਡੈੱਡ ਬਾਡੀ ਪਈ ਅੰਦਰ ਗੁਰੂ ਰਾਮਦਾਸ ਦੇ ਹੋਸਪਿਟਲ ਦੇ, ਸਿਰਫ 30,000 ਰੁਪਈਆ ਉਹਨਾਂ ਦਾ ਬਿੱਲ ਨਹੀਂ ਸੀ ਦੇ ਪਾ ਰਹੇ, ਤੋ ਡੈੱਡ ਬਾਡੀ ਨਹੀਂ ਦਿੱਤੀ ਜਿੰਨੀ ਦੇਰ ਤੱਕ 30,000 ਨਹੀਂ ਮਿਲਿਆ। ਸਾਡੇ ਨਾਲ ਰਾਧਾ ਸਵਾਮੀ ਨਹੀਂ ਚੰਗਾ, ਉਹਦੇ ਕੋਲ ਜ਼ਿਆਦਾ ਇਨਕਮ ਹੈ ਸਾਡੇ ਨਾਲੋਂ, ਪਰ ਸਾਡੇ ਸਮਾਜ ਦਾ, ਸਾਡੀ ਲੀਡਰਸ਼ਿਪ ਦਾ ਬੇੜਾ ਗਰਕ ਹੋ ਗਿਆ, ਇੱਕ ਪਰਿਵਾਰ ਨੂੰ ਪੂਜੀ ਜਾ ਰਹੇ ਨੇ। ਹੁਣ ਥੋੜ੍ਹੇ ਜਿਹੇ ਉਖੜੇ ਅਕਾਲੀ, ਉਖੜੇ ਇਸ ਕਰਕੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਸਾਨੂੰ ਮਿਨਿਸਟਰੀ ਨਹੀਂ ਦਵਾ ਸਕਦਾ, ਇਸ ਕਰਕੇ ਨਹੀਂ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਇਸ ਕਰਕੇ ਵੀ ਨਹੀਂ ਕਿ ਇਹਨਾਂ ਦੀ ਉਮਰ ਸਾਥ ਨਹੀਂ ਦੇ ਰਹੀ, ਸਿਰਫ ਇਸ ਕਰਕੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਦੀ ਅਪੀਲ ਨਹੀਂ, ਇਹਦੇ ਕੋਲ ਦਲੀਲ ਨਹੀਂ, ਇਹਦੇ ਪਿੱਛੇ ਸੰਗਤ ਨਹੀਂ, ਇਹ ਸਾਨੂੰ ਮਿਨਿਸਟਰੀ ਨਹੀਂ ਦਵਾ ਸਕਦਾ, ਅਸੀਂ ਸੁੱਖ ਨਹੀਂ ਲੈ ਸਕਦੇ ਸੱਤਾ ਦਾ, ਇਸ ਕਰਕੇ ਛੱਡ ਰਹੇ।
ਹੁਣ ਛਾਲਣਾ ਲੱਗਾ, ਪਰਮਾਤਮਾ ਕੋਈ ਨਾ ਕੋਈ ਰਿਜ਼ਲਟ ਕੱਢੂਗਾ। ਪਰ ਸੁੱਤੇ ਨਾ ਰਹੋ, ਰੇ ਜਨ ਉਥਾਰੇ ਦੱਬਿਓ, ਸੁੱਤਿਆਂ ਗਈ ਵਹਾਏ, ਸੁੱਤਿਆਂ ਨਾ ਸਾਡੀ ਬੀਤ ਜਾਵੇ। ਇਹ ਅਜੇ ਵੀ ਮਾਲਕ ਆ ਅਕਾਲ ਤਖਤ ਦਾ, ਅਜੇ ਵੀ ਮਾਲਕ ਆ ਅਕਾਲੀ ਦਲ ਦਾ, ਅਜੇ ਵੀ ਮਾਲਕ ਆ ਕਮੇਟੀ ਦਾ। ਇਹ ਤਿੰਨੇ ਸੰਸਥਾਵਾਂ ਸਾਡੇ ਵਿਰੋਧ ਦੇ ਵਿੱਚ ਕੰਮ ਕਰ ਰਹੀਆਂ ਅੱਜ ਵੀ। ਇਸ ਕਰਕੇ ਸਾਡਾ ਰਿਜ਼ਲਟ ਹੈ ਨਹੀਂ, ਕੋਈ ਨਤੀਜਾ ਹੈ ਨਹੀਂ, ਅਸੀਂ ਆਪਣੀ ਤਾਕਤ ਵੇਸਟ ਕਰ ਰਹੇ ਹਾਂ। ਸਿਆਣਪ ਦੇ ਨਾਲ ਦੂਰ ਅਸੀਂ ਸਿੱਟੇ ਕੱਢੋ, ਸਿਆਣਪ ਦੇ ਨਾਲ ਆਪਣਾ ਜਿਹੜਾ ਤੁਹਾਡਾ ਏਜੰਡਾ ਉਹਨੂੰ ਸੜਕਾਂ 'ਤੇ ਨਾਅਰਿਆਂ ਮਾਰ ਕੇ ਨਾ ਅਜਾਈ ਕਰੋ, ਅੰਦਰ ਬੈਠ ਕੇ ਉਹਨੂੰ ਏਜੰਡੇ 'ਤੇ ਵਿਚਾਰ ਕਰੋ ਅਤੇ ਅੰਦਰ ਬੈਠ ਕੇ ਲਾਗੂ ਕਰੋ, ਜਿਸ ਤਰ੍ਹਾਂ RSS ਕਰਦੀ। ਅਤੇ ਆਪਾਂ ਸੋਚ ਸਮਝ ਕੇ ਕੁਛ ਕਰਾਂਗੇ ਤਾਂ ਬਹੁਤ ਕੁਛ ਪ੍ਰਾਪਤ ਕਰਾਂਗੇ। ਤੋ ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ, ਸਾਨੂੰ ਸਮਤ ਬਖਸ਼ੇ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਲਈ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਅਕਾਲ ਪੁਰਖ ਸੱਚੇ ਵਾਹਿਗੁਰੂ ਉਹਨਾਂ ਦੀ ਸੁਰਤ ਨੂੰ ਸ਼ਬਦ ਆਸਰਾ ਬਖਸ਼ੇ। ਅਤੇ ਅਸੀਂ ਆਸ ਕਰਾਂਗੇ ਕਿ ਸਮੂਹ ਸੰਗਤਾਂ ਜਿਹੜੇ ਬਾਹਰ ਤੁਸੀਂ ਆਏ ਹੋ, ਪਰਮਾਤਮਾ ਨੇ ਬੜਾ ਸੋਹਣਾ ਤੁਹਾਨੂੰ ਮਾਹੌਲ ਦਿੱਤਾ। ਇਸ ਮਾਹੌਲ ਦੇ ਵਿੱਚ ਆਪਣੀ ਜਿਹੜੀ ਨਿੱਜੀ ਜ਼ਿੰਦਗੀ ਆ, ਜਿਹੜੀ ਗੁਰੂ ਨੂੰ ਸੌਂਪਣ ਵਾਲੀ ਜ਼ਿੰਦਗੀ ਆ, ਉਸ ਜ਼ਿੰਦਗੀ ਵੱਲ ਧਿਆਨ ਦਿਓ। ਕਿਉਂਕਿ ਗੁਰੂ ਦੀ ਸਰਪ੍ਰਸਤੀ ਵਿੱਚ ਹਮੇਸ਼ਾ ਵਧੀ ਫੁੱਲੀਦਾ, ਗੁਰੂ ਦੀ ਸਰਪ੍ਰਸਤੀ ਦੇ ਵਿੱਚ ਅਰੋਗ ਹੋਈਦਾ, ਗੁਰੂ ਦੀ ਸਰਪ੍ਰਸਤੀ ਦੇ ਵਿੱਚ ਵਿਕਾਰ ਛੱਡ ਜਾਂਦੇ ਨੇ, ਗੁਰੂ ਦੀ ਸਰਪ੍ਰਸਤੀ ਦੇ ਵਿੱਚ ਚੱਲਦਿਆਂ ਕਲੇਸ਼ ਛੱਡ ਜਾਂਦੇ ਨੇ, ਗੁਰੂ ਦੀ ਸਰਪ੍ਰਸਤੀ ਵਿੱਚ ਚੱਲਦਿਆਂ ਗੁਰਬਤ ਖਤਮ ਹੋ ਜਾਂਦੀ। ਤੋ ਸਾਰੀਆਂ ਪ੍ਰਾਪਤੀਆਂ ਸਾਨੂੰ ਗੁਰੂ ਘਰ 'ਚੋਂ ਤਾਂ ਮਿਲਦੀਆਂ ਨੇ ਜਦੋਂ ਅਸੀਂ ਗੁਰੂ ਦੇ ਹੋ ਕੇ ਚੱਲਦੇ ਹਾਂ। ਸਾਧੂ ਕੀ ਜੋ ਲਿਹੋਟ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਗੁਰੂ ਸਾਹਿਬ ਫਰਮਾਉਂਦੇ ਨੇ, ਕਬੀਰ ਜਾ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ। ਜਿਸ ਘਰ 'ਚ ਗੁਰੂ ਦੀ ਸੇਵਾ ਨੇ, ਪਰ ਜੇ ਆਪਾਂ ਗੁਰੂ ਵਾਲੇ ਨਹੀਂ ਬਣੇ ਤਾਂ ਗੁਰੂ ਦੀ ਸੇਵਾ ਕੀ ਕਰਾਂਗੇ। ਕਬੀਰ ਜਾ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ, ਤੇ ਘਰ ਮਰ ਹੱਟ ਸਾਰਖੇ ਭੂਤ ਬਸੇ ਤਿੰਨ ਮਾਹ। ਉਹ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਨੇ ਜਿੱਥੇ ਭੂਤ ਨੇ ਵੱਸਦੇ ਨੇ। ਤੋ ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਿਛ ਗਿਆਨਾ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜੋ ਤੋ ਧਿਆਨਾ। ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਤੂੰ ਗੁਰੂ ਦੀ ਸੇਵਾ ਨਹੀਂ ਕੀਤੀ, ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਇਸ ਕਰਕੇ ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਨਹੀਂ ਹੋਈ। ਪਰਮਾਤਮਾ ਤੇਰੇ ਅੰਦਰ ਵੱਸਦਾ, ਪਰਮਾਤਮਾ ਦੀ ਜੋਤ ਤੇਰੇ ਅੰਦਰ ਹੈ, ਪਰ ਤੂੰ ਉਸਨੂੰ ਜੰਗਲਾਂ 'ਚ ਲੱਭਦਾ। ਤੋ ਇਹ ਇਹ ਇਸ ਹਿਰਦੇ ਦੇ ਵਿੱਚ ਜਿਹੜੀ ਜੋਤ ਆ ਉਸਨੂੰ ਜਗਾ ਲਓ। ਜਿਸ ਤਰ੍ਹਾਂ ਦਸਮ ਪਾਤਸ਼ਾਹ ਜੀ ਨੇ ਹੁਕਮ ਕੀਤਾ, ਨਿਸਬਾਸਰ ਜਿਹੜੀ ਖਾਲਸ ਜੋਤ ਜਪੇ, ਨਿਸਬਾਸਰ ਜਿਹੜੀ ਖਾਲਸ ਜੋਤ ਆ, ਪਰਮਾਤਮਾ ਦੀ ਜੋਤ ਆ, ਉਹਨੂੰ ਦਿਨੇ ਅਤੇ ਰਾਤ ਸਿਮਰੇ। ਖਾਲਸ ਜੋਤ ਜਪੇ ਨਿਸਬਾਸਰ, ਏਕ ਬਿਨਾ ਮਲ ਨੈਕ ਨਾ ਨੇ। ਮਾਲਵੇ ਦੇ ਸੰਤ ਧਾਰਨਾ ਲਾਉਂਦੇ ਉਹਨਾਂ ਨੇ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਇਹ ਜਿਹੜੀ ਜੋਤ ਹੈ ਅੰਦਰ ਪਰਮਾਤਮਾ ਦੇ, ਬੁਝੀ ਹੋਊਗੀ ਅਤੇ ਤੁਹਾਡੀ ਇਹ ਦੇਹ ਮ੍ਰਿਤਕ ਆ, ਮ੍ਰਿਤਕ ਦੀ ਬੜੀ ਆ, ਮ੍ਰਿਤਕ ਮੜਾ ਸਰੀਰ ਹੈ ਸਭ ਜਗ, ਜਿੱਤ ਰਾਮ ਨਾਮ ਨਹੀਂ ਵਸਿਆ। ਜਿਸ ਹਿਰਦੇ 'ਚ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਇਆ, ਉਹਦੀ ਆਤਮਾ ਮਰ ਜਾਂਦੀ ਆ, ਉਹਦੀ ਆਤਮਾ ਮਰੀ ਹੋਈ ਨੂੰ ਚੁੱਕਣ ਵਾਲਾ ਸਰੀਰ ਮ੍ਰਿਤਕ ਦੀ ਮੜੀ ਬਣ ਜਾਂਦਾ, ਚਲਦੀ ਫਿਰਦੀ ਕਬਰ। ਅਤੇ ਜੇ ਇਹਦੇ ਵਿੱਚ ਜੋਤ ਜਗ ਜਾਵੇ, ਪਰਮਾਤਮਾ ਦੇ ਨਾਮ ਦਾ ਰਸ ਆਵੇ, ਇਹਦੀ ਜੋਤ ਜਗ ਜਾਵੇ, ਤਾਂ ਫਿਰ ਹਰਿਮੰਦਰ ਇਹ ਸਰੀਰ ਹੈ, ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਨੂਰ ਜਦੋਂ ਪ੍ਰਗਟ ਹੋ ਜਾਂਦਾ, ਫਿਰ ਇਹ ਹਰਿਮੰਦਰ ਸਰੀਰ ਬਣ ਜਾਂਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਸਾਨੂੰ ਨਹੀਂ ਸੀ ਪਤਾ ਇਹ ਆਦਮ ਦਾ ਨਕਸ਼ਾ ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ, ਅਸੀਂ ਇਹਨੂੰ ਅੱਜ ਮੜੀ ਬਣਾ ਰਹੇ।
ਗੁਰੂ ਤੋਂ ਵਿਹੂਣੇ ਹੋ ਕੇ ਬਬੀਹਾ ਬੱਦਲਾਂ ਦੇ ਵਿੱਚ ਪਤਾਰੀਆਂ ਮਾਰਦਾ, ਬੱਦਲਾਂ 'ਚ ਪਾਣੀ ਹੁੰਦਾ, ਪਾਣੀ ਨੂੰ ਉਹ ਲੱਭਦਾ ਪਰ ਗਿਆਨ ਨਹੀਂ। ਹਿਰਨ ਦੇ ਸਰੀਰ ਵਿੱਚ ਕਸਤੂਰੀ ਆ, ਕਸਤੂਰੀ ਦੀ ਖੁਸ਼ਬੂ ਸਰੀਰ 'ਚੋਂ ਆ ਰਹੀ ਹੈ ਪਰ ਲੱਭਦਾ ਜੰਗਲਾਂ 'ਚ, ਝਾੜਾਂ 'ਚ ਸਿਰ ਮਾਰ ਮਾਰ ਕੇ ਮਰ ਜਾਂਦਾ। ਗਿਆਨ ਨਹੀਂ ਕਿ ਸੁਰੇ ਤਨ ਤਨ ਸੁਗੰਧ ਢੂੰਡੇ ਪ੍ਰਦੇਸ਼, ਸੁਗੰਧੀ ਸਰੀਰ ਵਿੱਚ ਲੱਭਦਾ ਪ੍ਰਦੇਸ਼ ਹੈ। ਹੁਣ ਪਰਮਾਤਮਾ ਦੀ ਜੋਤ ਸਾਡੇ ਅੰਦਰ ਹੈ, ਜੇ ਜੋਤ ਅੰਦਰ ਆ ਤਾਂ ਅਸੀਂ ਜਿਉਂਦੇ ਹਾਂ, ਜੋਤ ਅੰਦਰ ਆ ਤਾਂ ਅਸੀਂ ਪਿਆਰੇ ਲੱਗਦੇ ਹਾਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਪਰ ਜਦੋਂ ਜੋਤ ਨਿਕਲ ਜਾਂਦੀ ਆ ਤਾਂ ਫਿਰ ਕਾਢੋ ਕਾਢੋ ਹੋਈ ਕਹਿੰਦੇ ਲੈ ਚੱਲੋ, ਭੂਤ ਨਾ ਬਣ ਜਾਵੇ, ਫਿਰ ਨਾਮ ਹੀ ਖਤਮ ਹੋ ਜਾਂਦਾ, ਕਹਿੰਦੇ ਡੈੱਡ ਬਾਡੀ ਲੈ ਚੱਲੋ। ਤੋ ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀਆਂ ਬਾਤਾਂ ਗੁਰੂ ਦੀ ਸ਼ਰਨ 'ਚ ਆ ਕੇ ਪਤਾ ਲੱਗਦਾ ਹੈ। ਅਤੇ ਗੁਰੂ ਦੀ ਸ਼ਰਨ 'ਚ ਆ ਕੇ ਚਿਰ ਜੀਵਨ ਚੇਤਨ ਨਿਤ ਨੀਤ, ਦੋ ਭਾਗਾਂ ਸੈਂਚੀਆਂ 'ਚ ਲਿਆਓ, 10 ਅੰਕ ਕਰੋ, 8 ਅੰਕ ਕਰੋ, 5 ਅੰਕ ਕਰੋ, ਜਿੰਨਾ ਕਰੋਗੇ ਤੁਹਾਡਾ ਆਪਣਾ ਹੋਊਗਾ, ਤੁਹਾਡੇ ਹਿਰਦੇ ਦੀ ਖੁਰਾਕ ਹੋ। ਸਾਲ ਬਾਅਦ ਭੋਗ ਪਾਓ ਸਹਿਜ ਪਾਠ ਦਾ, ਉਹ ਤੁਹਾਡੇ ਹਿਰਦੇ ਦੀ ਖੁਰਾਕ ਹੋ। ਪ੍ਰਸ਼ਾਦਾ ਮੈਂ ਛਕੀ ਜਾਵਾਂ, ਤੁਸੀਂ ਰਜ਼ਾਮਿਆਂ ਨਹੀਂ ਲੈ ਸਕਦੇ, ਤੁਸੀਂ ਮੈਨੂੰ ਪ੍ਰਸ਼ਾਦਾ ਛਕਾਈ ਜਾਓ, ਤੁਸੀਂ ਕਿਵੇਂ ਰੱਜ ਜਾਓਗੇ? ਰਜੇਵਾਂ ਤੁਹਾਨੂੰ ਤਾਂ ਆਉਣਾ ਜਦੋਂ ਤੁਸੀਂ ਆਪ ਛਕੋਗੇ। ਤੋ ਸਰੀਰ ਦੀ ਭੁੱਖ ਲਾਉਣੀ ਅੰਨ ਜਲ ਨੇ, ਆਤਮਾ ਦੀ ਭੁੱਖ ਲਾਉਣੀ ਆ ਸ਼ਬਦ ਨੇ। ਤੋ ਸ਼ਬਦ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਸੀ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀਏ, ਇੱਕ ਸ਼ਬਦ ਦਾ ਲੰਗਰ ਚਲਾਉਣਾ, ਤੋਟ ਨਾ ਆਵੇ ਇੰਨਾ ਚਲਾਉਣਾ। ਅਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਵੀ ਖਰਚੇ ਦਿੱਤ ਖਸਮ ਦੀ ਆਪ ਖਹਿਤੀ ਖੈਰ ਦੁਪੱਟੀਏ, ਉਸ ਖਸਮ ਦੀ ਦਿੱਤੀ ਹੋਈ ਦਾਤ ਨੂੰ ਆਪ ਵੀ ਖਰਚਿਆ, ਆਪ ਜਪੇ ਅਵਰਾ ਨਾਮ ਜਪਾਵੇ, ਆਪ ਵੀ ਖਰਚੀ ਆ, ਇਹ ਦਾਤ ਆਪ ਵੀ ਖਰਚੀ ਅਤੇ ਸੰਗਤਾਂ ਵਿੱਚ ਵੀ ਵਰਤਾਈ। ਅਤੇ ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੇ, ਇੱਕ ਮਾਤਾ ਖੀਵੀ ਸੀ ਜਿਹਦਾ ਲੰਗਰ ਸੀ ਜਿੱਥੇ ਰਸ ਅੰਮ੍ਰਿਤ ਖੀਰ ਕਿਹਾਲੇ, ਇੱਕ ਗੁਰੂ ਗ੍ਰੰਥ ਸਾਹਿਬ 'ਚ ਮਾਤਾ ਖੀਵੀ ਜੀ ਦਾ ਨਾਂ ਆਉਂਦਾ ਮਹਿਲਾਂ ਦੇ ਵਿੱਚੋਂ, ਕਿਉਂਕਿ ਉਹਨਾਂ ਦੀ ਸੇਵਾ ਸੀ ਲੰਗਰ ਦੀ, ਲੋਹ ਲੰਗਰ ਦੀ। ਅਤੇ ਗੁਰੂ ਸਾਹਿਬ ਨੇ ਕਿਹਾ ਕਿ ਸਰੀਰ ਨੂੰ ਪਾਲਦਾ ਲੋਹ ਲੰਗਰ ਦਾਣਾ ਪਾਣੀ, ਅਤੇ ਆਤਮਾ ਨੂੰ ਜਿਉਂਦਾ ਰੱਖਦੀ ਹੈ ਰੱਖਦਾ ਪਰਮਾਤਮਾ ਦੇ ਨਾਮ ਦਾ ਰਸ, ਉਹ ਗੁਰੂ ਦਿੰਦਾ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਘੜੇ ਤੋਂ ਬਿਨਾਂ ਪਾਣੀ ਨੂੰ ਬੰਨ ਕੇ ਨਹੀਂ ਰੱਖਿਆ ਜਾ ਸਕਦਾ, ਪਰ ਘੜਾ ਪਾਣੀ ਤੋਂ ਬਿਨਾਂ ਬਣਦਾ ਨਹੀਂ। ਮਨ ਨੂੰ ਗਿਆਨ ਤੋਂ ਬਿਨਾਂ ਬੰਨ ਕੇ ਨਹੀਂ ਰੱਖਿਆ ਜਾ ਸਕਦਾ, ਪਰ ਗਿਆਨ ਗੁਰੂ ਤੋਂ ਬਿਨਾਂ ਹੁੰਦਾ ਨਹੀਂ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋਂ ਨਾ ਬਾਕੀ। ਜੇ ਗੁਰੂ ਨਹੀਂ ਤਾਂ ਗਿਆਨ ਨਹੀਂ, ਗਿਆਨ ਨਹੀਂ ਤਾਂ ਧਰਮ ਨਹੀਂ, ਧਰਮ ਨਹੀਂ ਤਾਂ ਧਿਆਨ ਨਹੀਂ, ਧਿਆਨ ਨਹੀਂ ਤਾਂ ਸੱਚ ਵਿੱਚ ਪ੍ਰਵੇਸ਼ ਨਹੀਂ। ਜੇ ਸੱਚ ਵਿੱਚ ਪ੍ਰਵੇਸ਼ ਨਹੀਂ ਮਿਲਿਆ ਤਾਂ ਇਹ ਮਨੁੱਖ ਤੇਰਾ ਉਹ ਮੂਲ ਵੀ ਨਹੀਂ ਬਚਣਾ ਜਿਸ ਮੂਲ ਦੇ ਬਦਲੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ। ਤੋ ਸਾਨੂੰ ਗੁਰੂ ਸਾਹਿਬ ਜੀ ਦੀ ਲੜ ਲੱਗਣਾ ਹੀ ਪੈਣਾ ਜੇ ਅਸੀਂ ਆਪਣੀ ਇਸ ਹਯਾਤੀ ਦੇ ਵਿੱਚ। ਅਸੀਂ ਰੋਜ਼ ਰਹਿਰਾਸ ਸਾਹਿਬ ਪੜ੍ਹਦੇ ਹਾਂ ਨਾ, ਗੋਬਿੰਦ ਮਿਲਣ ਕਿ ਇਹ ਤੇਰੀ ਵਰੀ ਆ। ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਤਾਂ ਮਨੁੱਖਾ ਜਨਮ ਹੀ ਹੈ। ਅਤੇ ਜੇ ਤੁਸੀਂ ਐਸ਼ ਪ੍ਰਸਤੀ ਵਿੱਚ ਖਾ ਪੀ ਕੇ ਸੋਚਿਆ ਕਿ ਚਲੋ 4 ਦਿਨਾਂ ਦੀ ਖੇਡ ਆ, ਤਾਂ ਫਿਰ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਨਰਕ ਭੋਗਾਂਗੇ। ਤੋ ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ ਸਾਡੇ ਸਿੱਖ ਸਮਾਜ 'ਤੇ, ਸਿੱਖ ਕੌਮ 'ਤੇ, ਸਿੰਘ ਸੰਸਕ੍ਰਿਤੀ 'ਤੇ। ਅਸੀਂ ਆਪਣੇ ਪੂਰਵਜਾਂ ਦੀਆਂ ਇਹ ਕਹਾਣੀਆਂ ਅਤੇ ਇਹ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਰਹੀਏ, ਅਤੇ ਉਹਨਾਂ ਦਾ ਦਿੱਤਾ ਹੋਇਆ ਵਿਰਸਾ ਜਿਨ੍ਹਾਂ ਨੇ ਸਦੀਆਂ ਲਾ ਕੇ ਤਲਵਾਰਾਂ ਦੇ ਫੱਟ ਝੱਲ ਕੇ
ਖੋਪਰੀਆਂ ਲਵਾ ਕੇ ਬੰਦ ਬੰਦ ਕਟਵਾ ਕੇ ਸਾਨੂੰ ਇਹ ਮਾਣ ਬਖਸ਼ਿਆ, ਸਰਦਾਰੀ ਬਖਸ਼ੀ। ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹੀਏ। ਸਾਡੀ ਕੌਮ ਚੜ੍ਹਦੀਆਂ ਕਲਾ 'ਚ ਰਹੇ। ਅਰਦਾਸ ਦੇ ਨਾਲ ਆਪ ਸਭ ਤੋਂ ਮੈਂ ਮਾਫ਼ੀ ਚਾਹੁੰਦਾ, ਭੁੱਲ ਚੁੱਕ ਲਈ ਖਿਮਾ। ਸੰਗਤ ਦਾ, ਪੂਰੇ ਪੁਰਤਗਾਲ ਦੀ ਸੰਗਤ ਦਾ, ਇਹਨਾਂ ਗ੍ਰੰਥੀ ਸਾਹਿਬ ਜੀ ਦਾ, ਭਾਈ ਸਾਹਿਬ ਜੀ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਉਦਮ ਸਦਕਾ ਮੈਂ ਆਪ ਸਭ ਦੇ ਚਰਨਾਂ 'ਚ ਹਾਜ਼ਰੀ ਲਵਾ ਪਾਇਆ। ਭੁੱਲ ਚੁੱਕ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।